ਵੈਲਕਮ ਕਹਿੰਦੇ ਨਵੀਂ ਗੱਡੀ ਦੇ ਵਿੱਚ। ਦੋ ਕੰਮ ਰਹਿ ਗਏ ਸਿਰੇ ਕਰਾਉਣੇ ਆ, ਬਾਕੀ ਇੱਕ ਰਿਪੋਰਟ ਹੀ ਆ। ਸ਼ੇਰ ਖਾਂਦਾ ਨੀ ਰਹਿੰਦਾ ਉੱਥੇ ਜਿੱਥੇ ਕੁੱਤੇ ਖਾਂਦੇ ਝੂਠੇ ਜੇ ਗਵਾਹ ਵਾਂਗੂ ਤੁਰੇ ਫਿਰਦੇ ਜੇ, ਡੇਢ ਘੰਟਾ ਤੂੰ ਕਿੱਥੇ ਲਾ ਕੇ ਦੱਸੋ ਮੈਨੂੰ। ਹੋਰ ਨਾ ਕੰਮ ਬਣ ਜੇ, ਬਾਕੀ ਤੁਸੀਂ ਪਰੌਣ ਖਾ ਲਏ ਆਪਣੇ ਪਨੀਰ ਵਾਲੇ। ਦਿਨਾਂ ਬਾਅਦ ਕੱਢੀਓ ਰਾਣੀ ਸੁੰਦਰਾ, ਮੈਂ ਨਾ ਲਿਬੜੀ ਪਈ ਆ ਤੇ ਤਾਂ ਵੀ ਚਮਕਾ ਰਵੇ ਗੁਰੂ ਦੇ ਟਰੋੜਾ ਕਾਲਾ ਕੱਢੀ ਖਾਲੀ ਕੀਤਾ ਲੱਗਦਾ ਇੱਧਰ ਵੇ ਤੁਸੀਂ ਕੀ ਬਣ ਹੈਗੀ ਆ ਬਾਣਾ ਰਾਤ ਵਜਾ ਨਾਨਕਿਆਂ ਦਾ ਰਾਤੀ ਮੈਨੂੰ ਜਾ ਕੇ ਇੱਥੇ ਮੈਸੇਜ ਦਾ ਉਹਲਾ ਡਿਜ਼ਾਈਨ ਪਾਉਣਾ ਸੀ ਆਪਾਂ ਦੇ, ਪਰ ਸ਼ੇਰੇ ਦਾ ਮਨ ਵੱਜਾ ਕਹਿੰਦਾ ਕਿ ਮੁੰਡਾ ਪੂਰਾ ਖੁਸ਼ ਹੀ ਹੈ। ਸੌ ਵੀ ਨਹੀਂ ਰਾਤ ਨੂੰ ਫੋਟੋ ਕੀਤੀ ਜਾਵੇ। ਕਾਲ ਜੀ ਸਾਰਿਆਂ ਨੂੰ, ਲੈ ਵੀ ਮਿੱਤਰਾ ਭਾਵੇਂ ਅਸੀਂ ਲੇਟ ਹੋ ਗਏ ਪਰ ਅਸੀਂ ਸੈਰ ਕਰਨੀ ਕਰਨੀ ਪੈਂਦਾ ਕਿ ਜਿਹੜਾ ਆ ਨਹੀਂ ਆ ਰਹਿਣਾ ਸੈਰ ਵਾਲਾ ਕਾਹਨੂੰ ਗੱਲਾਂ ਵਾਲਾ ਜੀ, ਜੇ ਕਿਹੜਾ ਕਾਹਨੂੰ ਗੱਲਾਂ ਵਾਲਾ ਜਿਹੜੇ ਨਹੀਂ ਕਰਦੇ ਉੱਠ ਕੇ ਕਰਕੇ ਵੇਖਿਓ। ਉੱਠਦੇ ਅਸੀਂ 5 ਵਜੇ ਦੋਵੇਂ ਜਾਣੇ, ਫੋਨ ਕੁੜੀਆ ਬੇੜਾ ਗੱਲ ਕਰੀ ਜਾਂਦਾ ਬੰਦਿਆਂ ਦਾ, ਕਿਉਂ ਸ਼ੇਰਿਆ ਸਹੀ ਗੱਲ। ਫੋਨ 'ਤੇ ਅਸੀਂ ਘੰਟਾ ਖਰਾਬ ਕੀਤਾ ਅੱਜ, ਕੀ ਵੇਖਿਆ ਕੁਝ ਨਹੀਂ, ਸਿਰਫ ਲੋਕਾਂ ਦੀਆਂ ਰੀਲਾਂ ਬਿਜ਼ੀ ਬੰਦਾ ਹੁੰਦਾ ਫੋਨ 'ਚ। ਚੀਜ਼ ਹੋਰ ਜਿਹੜੀ ਨੈੱਟ 'ਤੇ ਅੱਜ ਕੱਲ੍ਹ ਬੜੀ ਚੱਲਦੀ ਆ, ਉੱਥੇ ਕੀ ਹੁੰਦਾ ਕਿ ਕੋਈ ਨਾ ਕੋਈ ਦੱਸਦਾ ਇੱਦਾਂ ਕਰ ਲਓ ਇੱਦਾਂ ਕਰ ਲਓ, ਆਪਾਂ ਹੀ ਕਰਦੇ ਹਾਂ, ਆਪਾਂ ਉੱਦਾਂ ਹੀ ਉਸੇ ਵੇਲੇ ਕਰਨਾ ਸ਼ੁਰੂ ਕਰ ਦਿੰਦੇ ਹਾਂ। ਹੁਣ ਇਹਨੂੰ ਸਮਝਾ ਕੇ ਡਿਆ ਇੱਕ ਚੀਜ਼, ਇਹ ਕਹਿੰਦਾ ਮੇਰਾ ਢਿੱਡ ਵੱਧ ਗਿਆ, ਮੈਂ ਗਰਮ ਪਾਣੀ ਪੀਣਾ ਸ਼ੁਰੂ ਕਰਤਾ। ਜਿਹੜਾ ਆਪਾਂ ਹਰ ਵਾਰ ਜਿੱਦਾਂ ਦਿਹਾੜੀ 'ਚ ਆਪਾਂ 10 ਵਾਰ ਪਾਣੀ ਪੀਤਾ, 10 ਵਾਰ ਹੀ ਆਪਾਂ ਗਰਮ ਕਰ ਕਰ ਪੀਵਾਂਗੇ ਨਾ ਆਪਣੀ ਕਿਡਨੀ 'ਤੇ ਜ਼ੋਰ ਪਊਗਾ। ਇਹ ਵੀਡੀਓ ਵੇਖ ਕੇ ਆਪਾਂ ਉਸ ਵਾਲੀ ਚੀਜ਼ਾਂ ਅਪਣਾ ਲੈਂਦੇ ਨਾ, ਖਾਣਾਂਗੇ ਨੈੱਟ 'ਤੇ ਕੋਈ ਕੀ, ਕਿਉਂਕਿ ਹਜ਼ਾਰਾਂ ਤਰ੍ਹਾਂ ਦੀ ਵੀਡੀਓ ਆਉਂਦੀਆਂ, ਅਗਲੇ ਨੇ ਆਪਣੇ ਚੈਨਲ ਚਲਾਉਣੇ ਹੁੰਦੇ ਆ, ਆਪਣੀ ਵੀਡੀਓ ਨੂੰ ਵਿਊ ਲੈਣੇ ਹੁੰਦੇ ਆ, ਉਹ ਕੁਛ ਨਾ ਕੁਛ ਦੱਸੀ ਜਾਂਦੇ ਆ, ਭਾਵੇਂ ਉਹ ਨਾ ਕਰਦੇ ਹੋਣ। ਇਹ ਆ ਕਿ ਹਰ ਇੱਕ ਚੀਜ਼ 'ਤੇ ਜੀ ਹਰ ਇੱਕ ਬੰਦੇ ਦੀ ਬੋਡੀ ਵੱਖੋ ਵੱਖਰੀ ਹੁੰਦੀ ਆ, ਆਪਣਾ ਹਿਸਾਬ ਤਾਂ ਨਾ ਰਿਹਾ ਕਰੋ। ਜਿਹੜੀ ਚੀਜ਼ ਆਪਾਂ ਨਿੱਕੇ ਹੁੰਦੇ ਖਾਂਦੇ ਆਏ ਆਪਾਂ ਇੱਕਦਮ ਛੱਡ ਦਾਂਗੇ ਅਤੇ ਆਪਾਂ ਬਿਮਾਰ ਹੀ ਹੋਣਾ ਅਤੇ ਹੋਰ। ਹੁਣ ਮਤਲਬ ਮਿੱਠਾ ਆਪਾਂ ਇੱਕਦਮ ਬੰਦ ਕਰ ਦਾਂਗੇ ਵੀਡੀਓ ਵੇਖ ਕੇ, ਲੂਣ ਬੰਦ ਕਰ ਦਾਂਗੇ। ਉਹ ਕਈ ਵਾਰ ਨੈੱਟ 'ਤੇ ਵੀ ਦੱਸ ਦਿੰਦੇ ਵੀ ਜੀ ਮਿੱਠਾ ਅਤੇ ਲੂਣ ਬੰਦ ਕਰੋ, ਤੁਹਾਡਾ ਮਤਲਬ ਕਿ ਫੈਟ ਘੱਟ ਜੂਗੀ। ਯਾਰ ਜਿਹੜੀ ਚੀਜ਼ ਆਪਾਂ ਨਿੱਕੇ ਹੁੰਦੇ ਖਾਂਦੇ ਆਏ ਆਪਾਂ ਇੱਕਦਮ ਉਹਨੂੰ ਬੰਦ ਕਰ ਦਾਂਗੇ ਅਤੇ ਆਪਾਂ ਨੂੰ ਘਬਰਾਹਟ ਹੀ ਹੋਣੀ, ਚੱਕਰ ਆਉਣੇ, ਬੀ ਪੀ ਵਧੂ ਘਟੂਗਾ, ਇਹ ਕਰਕੇ ਡਿਸ਼ ਦੀ ਕਿਸੇ ਪਿੱਛੇ ਨਹੀਂ ਲੱਗ ਜਾਣਾ। ਆਪਣਾ ਸਰੀਰ ਆ ਨਿੱਕੇ ਹੁੰਦੇ ਸਭ ਖਾਂਦੇ ਆਏ ਹਾਂ, ਹੌਲੀ ਹੌਲੀ ਚੀਜ਼ਾਂ ਘਟਾਉਣੀਆਂ ਵਧਾਉਣੀਆਂ ਜੇ ਕਰਨੀਆਂ ਨਹੀਂ। ਮੈਂ ਪਿੱਛੇ ਚਿਕਨ ਹੀ ਬੰਦ ਕਰਤਾ, ਖੂਨ ਘੱਟ ਗਿਆ ਮੇਰਾ ਗੁਰੂ ਦਾ 5-6 ਗ੍ਰਾਮ, ਕਿਉਂਕਿ ਨਿੱਕੇ ਹੁੰਦੇ ਖਾਂਦੇ ਆਏ ਹਾਂ, ਇੱਕਦਮ ਚੀਜ਼ ਛੱਡ ਦਾਂਗੇ ਤਾਂ ਕੰਮ ਖਰਾਬ ਹੋਣਾ, ਤਾਂ ਕਰਕੇ ਇਹ ਡਿਸ਼ ਦੀ ਕਿਤੇ ਪਿੱਛੇ ਲੱਗਣਾ, ਲਾਈ ਲੱਗ ਨਹੀਂ ਬਣਨਾ, ਸੋਚ ਵਿਚਾਰ ਹੀ ਕਰਨਾ ਕੋਈ ਵੀ ਕੰਮ ਕਰਨਾ। ਜਿਹੜੀ ਸਵੇਰ ਵਾਲੀ ਸੈਰ ਹੈ ਨਾ, ਪਿੰਡ 'ਚ ਕਰਨ ਦਾ ਨਜ਼ਾਰਾ ਆਉਂਦਾ ਜੀ, ਜੇ ਕਿਤੇ ਇਹ ਸ਼ਹਿਰ ਦੇ ਵਿੱਚ ਸੈਰ ਕਰਨੀ ਪੈ ਜਾਂਦੀ। ਟਾਈਮ ਕਿੰਨਾ, 8 ਵਜੇ ਕਿੰਨਾ ਟਾਈਮ, 8 ਵਜੇ ਅਤੇ 8 ਵਜੇ ਵੇਖੋ ਤੁਸੀਂ ਪਿੰਡ ਦੇ ਵਿੱਚ ਕਿੰਨੀ ਸ਼ਾਂਤੀ ਹੈ, ਹੈ ਨਾ, ਕਾਹਨੂੰ ਗੱਲਾਂ ਵਾਲਾ ਜੀ ਮਾਹੌਲ ਜੀ। ਸਾਡੇ ਪਿੰਡ 'ਚ ਤਾਂ ਇਹੋ ਹਾਲ ਜੀ, ਕੋਈ ਰੌਲਾ ਨਹੀਂ, ਕੋਈ ਰੱਪਾ ਨਹੀਂ। ਹੋਰ ਤੁਸੀਂ ਇੱਧਰ ਮੋਟਰਸਾਈਕਲ ਖੇਡਦਾ, ਮੋਟਰਸਾਈਕਲ ਲਾ ਕੇ ਸੈਰ ਕਰਨ ਆ ਜਾਂਦੇ ਹੈਂ, ਹੈਂ ਫੋਟੋ ਖਿਚਾਉਣੀ, ਉਹ ਤੇਰਾ ਭੋਲਾ ਜੇ ਕੰਮ ਗੋਡੇ ਗੋਡੇ ਹੋਇਆ ਪਿਆ ਸਾਲੇ, ਇੰਨੇ ਵਾਲਾ ਨਹੀਂ ਹੈਗਾ ਮੈਂ, ਗੋਡੀਆਂ ਥੱਲੇ ਲਾਇਆ ਕਰੋ, ਦੱਸਦੇ ਨਹੀਂ ਹੈਂ ਤੁਹਾਡੇ ਲਈ ਕੀ ਕੀਤਾ, ਕੁਛ ਨਹੀਂ ਕੀਤਾ ਇੱਦਾਂ, ਕਦੇ ਕੀ ਕੀਤਾ ਤੇਰੀ ਮੰਨਿਆ,
ਉਹ ਵੀ ਕਰਤਾ ਗੱਲ ਇਹੀ ਕਰਨਾ ਜੋ ਨਹੀਂ ਕਰਨਾ ਚਾਹੀਦਾ ਉਹ ਕਰਤਾ ਸਵੇਰੇ ਮੈਂ ਉੱਠਿਆ ਮੈਂ ਸਾਲਾ ਗੱਦਾ ਲਾ ਕੇ ਬਾਹਰ ਪਿਆ ਅੰਦਰ ਕਿਸੇ ਨੂੰ ਲੱਗਦਾ ਬੁੱਢੀ ਬਾਜੀ ਕਰਨ ਡਿਆ ਕੋਈ ਮੈਂ ਕਮਰਾ ਖੋਲਿਆ ਮੈਨੂੰ ਵੀ ਉੱਥੋਂ ਕਾਲੇ ਹੀ ਗਿੱਟਦੇ ਸੀ ਮੈਂ ਅੰਦਰ ਵੀ ਬੰਦੇ ਹੀ ਆ ਚੱਕਰ ਕੀ ਗੱਲ ਕੀ ਹੈਗੇ ਤੇ ਬੰਦੇ ਆਏ ਕਿਹੜੇ ਆ ਮੈਂ ਠਾਵਾਂ ਹੋਣਾ ਮੈਂ ਨੀਂਦ ਨਾ ਖਰਾਬ ਮੈਂ ਕੋਈ ਸਰਪੰਚ ਦੇ ਗਾਂਹ ਦੀ ਗਾਂਹ ਯਾਰ ਦੋਸਤ ਨਾ ਆਉਣਾ ਕਿਵੇਂ ਮੈਂ ਠਾ ਦਾਂ ਜਦੋਂ ਮੈਂ ਥੱਲੇ ਗੱਡੀ ਵੇਖੀ ਨਾ ਮੈਂ ਇਹਦੀ ਭੁੱਲਰੋਂ ਨਹੀਂ ਵੱਜੇ ਆ ਗਈ ਕੁੜੀ ਰਾਤੋਂ ਰਾਤ ਹੀ ਹੈ ਪਰ ਐਰ ਕੀ ਫਾਨ ਬੜਾ ਕੀਤਾ ਬੰਦੇ ਆਉਂਦਾ ਨਾ ਨਹੀਂ ਲੈਣੇ ਬੰਦੇ ਧੱਕਣਾ ਘੱਲੇ ਮੈਂ ਪਹਿਲਾਂ ਇਹ ਤਾਂ ਲੁਧਿਆਣੇ ਫਿਰ ਵਾਪਸੀ ਕਰਨ ਨੂੰ ਫਿਰਦੇ ਸੀ ਮੈਂ ਪਹੁੰਚ ਗਈ ਯਾਰਾਂ ਨੇ ਘਰੇ ਹਾਂ ਜਿਮ ਦੀ ਤਿਆਰੀ ਕਰਕੇ ਆਏ ਮੁੰਡੇ ਪਰ ਮੈਂ ਜਿਮ ਤੁਹਾਨੂੰ ਲੈ ਕੇ ਨਹੀਂ ਜਾਣਾ ਅਜੇ ਅਜੇ ਆਪਾਂ ਜਾਣਾ ਸ਼ਹਿਰ ਨੂੰ ਸ਼ਹਿਰ ਨੂੰ ਕੀ ਜਾਣਾ ਕਰਨ ਜਾਣਾ ਸ਼ਹਿਰ ਨੂੰ ਸਿਰ ਦੀ ਗੱਡੀ 'ਤੇ ਪਾਉਣੇ ਟਾਇਰ ਨਾਲੇ ਪਾਉਣੇ ਵੀਲ ਨਾਲੇ ਇੰਡਾਈਵਰ ਦੀ ਕਰਾਉਣੀ ਸਰਸ ਨਾਲੇ ਕਰਾਉਣੀ ਦੀ ਇੰਸ਼ੋਰੈਂਸ ਕੰਮ ਤਾਂ ਬੜੇ ਆ ਹੈਂ ਭੁੱਖ ਲੱਗੀ ਖਾਈਏ ਕੁਛ ਮਾਤਾ ਨੂੰ ਆਪਣੀ ਡਾਇਟ ਜਿਹੜੀ ਆ ਉਹ ਤਿਆਰ ਕੀਤੀ ਗਈ ਹੈ ਅਤੇ ਦਲੀਆ ਵਾ ਇਹ ਸਰਪੰਚ ਦੇ ਲੱਗਦਾ ਆਈ ਆਪਣੇ ਗੱਲ ਕਰਨੀ ਮਾਮਾ ਸਾਡਾ ਨਾ ਲੱਗਣ ਡਿਆ ਉਹ ਜੇ ਤੈਨੂੰ ਹੈ ਇੱਕ ਤੇਰੀ ਰਿਕਾਰਡਿੰਗ ਆਈ ਮੇਰੇ ਕੋ ਭੁੱਲਰ ਨਾਲ ਕੋਈ ਹਾਂ ਭੁੱਲਰ ਨਾ ਨਾ ਭੁੱਲਰ ਦੇ ਨਾਲ ਕੋਈ ਡੀਲ ਡਨ ਕਰਨ ਡਿਆ ਰਿਕਾਰਡਿੰਗ ਸਾਰੀ ਭੇਜੀ ਮੈਨੂੰ ਉਹਨੇ ਤੂੰ ਇਹੋ ਜਿਹਾ ਕੰਮ ਕਿਉਂ ਕਰਦਾ ਨਾ ਦੱਸ ਇੰਨਾ ਉੜਿਆ ਫਿਰਦਾ ਵਾ ਛੱਡ ਦੇ ਮੇਰਾ ਭਰਾ ਨਹੀਂ ਚੰਗੇ ਲੱਗੀ ਦਾ ਮਾਮਾ ਜਾ ਕਿਹਦੇ ਲੱਗ ਜਾਣੀ ਆ ਜਿਹੜੇ ਲੱਛਣ ਫੜੇ ਇਹਨੇ ਤੈਨੂੰ ਅੱਗੇ ਮਾਤਾ ਦਹੀ ਰੌਲਾ ਪਾਉਣ ਦੇਣਾ ਕਹਿੰਦੀ ਆ ਤੇਰਾ ਵਿਹੜਾ ਕੋਈ ਆਉਂਦਾ ਨਹੀਂ ਉਹ ਤੇ ਮੈਂ ਵਿਹੜਾ ਤਾਂ ਟਾਈਮ ਸਿਰ ਰਾਤ ਸਾਰੀ ਰਾਤ ਫਿਰਦਾ ਰਹਿੰਦਾ ਵਾ ਮੈਂ ਤੇਰੇ ਜਦੋਂ ਤੇਰਾ ਬਾਪੂ ਮੈਨੂੰ ਮਿਲਿਆ ਨਾ ਉਹਨੂੰ ਮੈਂ ਸਾਰੀ ਗੱਲ ਰਿਕਾਰਡਿੰਗ ਸੁਣਾਉਣੀ ਤੇਰੀ ਵਾਲੀ ਉਹ ਜਿਹੜੀ ਮੈਂ ਨਾ ਮੇਰੇ ਕੋਲ ਜਿਹੜਾ ਜਿਹੜਾ ਐਰਕੀ ਨੀ ਪਾਏ ਆਪਾਂ ਐਰਕੀ ਦੇ ਕਿਤੇ ਕੁੰਡੀ ਫਸੀ ਨਾਲੇ ਰਿਕਾਰਡਿੰਗ ਸੁਣਾਵਾਂਗੇ ਆਪਾਂ ਨੂੰ ਪ੍ਰੂਫ ਹੈਗਾ ਤੇ ਗੁਰੂ ਲਾਮ ਆਊ ਕਿਤੇ ਇੰਨੇ ਤੇਰੇ ਬਾਕੀ ਬਸ ਉਹ ਵਾਲੀ ਆ ਕਿ ਬਸ ਹੁਣ ਮੈਂ ਹੀ ਆ ਮਿੱਤਰਾ ਚੱਲੇ ਯਾਰ ਨੀ ਸ਼ਹਿਰ ਨੂੰ ਜਾ ਮੰਨੇ ਕੱਪੜੇ ਪਾਵਾ ਫਿਰ ਨਿਕਲੀਏ ਜਿਮ ਲਾਵਾਂਗੇ ਸ਼ਾਮਾਂ ਨੂੰ ਹੀ ਗੱਲ ਕਹਿੰਦੀ ਆ ਕਿ ਜੇ ਹੁਣ ਜਿਮ ਚੱਲ ਗਏ ਤੇ ਜਿਮ ਚ ਸਾਨੂੰ 12-1-2 ਵੀ ਵੱਜ ਸਕਦੇ ਆ ਸੋ ਅਸੀਂ ਪਲਾਨ ਇਹ ਕਰਤਾ ਵਾ ਕਿ ਪਹਿਲਾਂ ਚੱਲੀਏ ਅੰਮ੍ਰਿਤਸਰ ਨੂੰ ਨਹਾ ਧੋ ਕੇ ਅਤੇ ਗੱਡੀ ਦੀ ਸਰਵਿਸ ਕਰਾਉਣੀ ਆ ਇੱਕ ਦੀ ਇੰਸ਼ੋਰੈਂਸ ਕਰਾਉਣੀ ਆ
ਕਈ ਭਰਾ ਪੁੱਛਦੇ ਕਿ ਇਹਨੂੰ ਚਲਾਉਣ ਕਿਉਂ ਨਹੀਂ ਡਿਆ, ਕਿਉਂਕਿ ਜਾਣ ਮੇਰੀ ਇਹ ਇੰਸ਼ੋਰੈਂਸ ਗੱਡੀ ਦੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ। ਉਹ ਸਾਡੇ ਉਹ ਕਰਾਈ ਨਹੀਂ ਜਾਣ ਜਿਹੜਾ ਹੱਥ ਹੀ ਨਹੀਂ ਪੈਣ ਡਿਆ ਸੀ, ਪੈਸਾ ਤਾਂ ਲਾਮੁਕਾ ਪਿਆ। ਬੜੇ ਬੰਦੇ ਕਹਿੰਦੇ ਸੀ, ਕਹਿੰਦੇ ਵੀਰ ਜੀ ਘਰ ਦਾ ਕੰਮ ਕਿੱਥੋਂ ਤੱਕ ਪਹੁੰਚਿਆ, ਜਾਣ ਘਰ ਦਾ ਕੰਮ ਕਰਾਇਆ ਬੰਦ। ਆਪਾਂ ਨਹੀਂ ਬੋਲ ਸਕਦੇ, ਝੂਠ ਸਿੱਧੀ ਜੀ ਗੱਲ ਆ। ਪੈਸਾ ਤਾਂ ਲਾਹਾ ਜੇ ਨਾ ਥੋੜ੍ਹਾ ਤੰਗ ਚੱਲਣ ਡਿਆ ਸੀ, ਖਰਚਾ ਬੜਾ ਨਾ, ਗੱਲ ਇਹ ਵੀ ਆ। ਤਾਂ ਕਰਕੇ ਫਿਰ ਮੈਂ ਸੋਚਿਆ ਮੈਂ ਕੋਈ ਨਹੀਂ ਮਹੀਨਾ ਕੰਮ ਬੰਦ ਕਰਾ ਦਿੰਦੇ ਹਾਂ। ਹੈਂ, ਲੱਗਦਾ ਮਿਸਤਰੀ ਫਿਰ ਆ ਗਏ ਆ। ਹੈਂ, ਮੈਨੂੰ ਆਵਾਜ਼ ਜੀ ਆਉਂਦੀ ਅੰਦਰੋਂ ਕਈਆਂ ਕਈਆਂ ਦੀ। ਹੈਂ, ਦੱਸਦੇ ਨਹੀਂ ਜੀ, ਛੇਤੀ ਆਏ ਬੰਦੇ, ਫਿਰ ਟਾਈਮ ਨਾਲ ਲਾਇਓ। ਉੱਧਰ ਵੇਖੋ ਨਾਲ ਜਾਣ ਨੂੰ ਕਿੱਦਾਂ ਪੁੱਤ। ਨਹੀਂ ਨਹੀਂ ਪੁੱਤ, ਨਹੀਂ ਪਿੰਡ ਨਹੀਂ ਜਾਣਾ ਤੇਰਾ, ਜਿਹੜਾ ਜੀ ਨਹੀਂ ਨਾ ਲੱਗਦਾ ਘਰੇ ਤੇਰਾ, ਜਿਹੜਾ ਸਰਪੰਚ ਨੂੰ। ਹੈਂ, ਮਿਸਤਰੀ ਫੇਰ ਆ ਗਏ ਆ। ਹੈਂ, ਠੀਕ ਠਾਕ ਜੇ? ਬੀਤਾ ਬੀਤਾ ਕਿੱਥੇ? ਆਜਾ ਆਜਾ ਪੁੱਤ ਇੱਧਰ। ਹੈਂ, ਕਰੀਏ ਕੰਮ ਥੋੜਾ ਤੇਜ਼ ਕਰੀਏ। ਜੋੜੇਗਾ ਤੂੰ ਲੈ ਵੀ ਰਾਣੀ ਸੁੰਦਰਾਂ ਦੀ ਅੱਜ ਓਕੇ ਰਿਪੋਰਟ ਆਪਾਂ ਕਰਾ ਕੇ ਲਿਆਉਣੀ ਜੀ। ਤੇ ਸ਼ੇਰੇ ਵਾਲੀ ਗੱਡੀ ਦਾ ਆਪਾਂ ਪਾਉਣੇ ਵੀਲ, ਤੇ ਵੀਲ ਪਵਾ ਦੇਣੇ ਇਹਨੂੰ ਆਪਣੀ ਵਾਲੀ ਗੱਡੀ ਨਾਲ ਦੇ, ਜਾਂ ਕੋਈ ਹੋਰ ਸਾਨੂੰ ਜੇ ਕੋਈ ਪਸੰਦ ਆ ਗਿਆ ਉਹ, ਅਤੇ ਇਹਦੀ ਅੱਜ ਕਰਾ ਕੇ ਲਿਆਵਾਂਗੇ ਸਰਸ, ਨਾਲੇ ਇਹਦੀ ਨਵਾਈ ਧਵਾਈ ਕਰਾਵਾਂਗੇ ਚੰਗੀ ਤਰ੍ਹਾਂ ਓਕੇ ਰਿਪੋਰਟ। ਅਤੇ ਇੱਕ ਦੀਆਂ ਪਲੇਟਾਂ ਵੀ ਬੰਨੀ ਦਿੱਤੀਆਂ ਸਰਕਾਰੀ, ਉਹ ਵੀ ਬਣ ਕੇ ਜੇ ਆ ਗਈਆਂ ਤਾਂ ਆਪਾਂ ਉਹ ਵੀ ਲਾ ਦੇਣੀ ਬਾਬੇ ਦੀ ਕਿਰਪਾ ਨਾਲ ਨਾ। ਇਹਦਾ ਅਸਲ ਦੇ ਵਿੱਚ ਜਿਹੜਾ ਨੰਬਰ ਹੈ ਨਾ, ਇਹ ਹੈਗਾ ਸੀ ਬਲਟੋਏ ਬਲਾਕ ਦਾ, ਅਤੇ ਉੱਥੋਂ ਸਰਕਾਰੀ ਪਲੇਟਾਂ ਬਣ ਨਹੀਂ ਰਹੀਆਂ ਸੀ ਅਜੇ, ਹੁਣ ਇੱਕ ਦੋ ਬੰਦਿਆਂ ਨੂੰ ਕਹੀਆਂ ਵਾ, ਜੇ ਬਣ ਗਈਆਂ ਤਾਂ ਫਿਰ ਆਪਾਂ ਉਹ ਲਾ ਦਾਂਗੇ। ਗੱਡੀ ਦੀ ਬੈਟਰੀ ਨਾ ਫੇਰ ਡਾਊਨ ਕਰ ਲਈ ਉਹ, ਇਹਦਾ ਸੋਚ ਸੱਚ ਲੱਗਾ ਰਹਿ ਗਿਆ ਕੋਈ ਲੈਟ ਚੱਲਦੀ ਰਹਿ ਗਈ ਮੇਰੇ ਹਿਸਾਬ ਨਾਲ। ਹੁਣ ਟਰੈਕਟਰ ਨਾਲ ਲਾ ਕੇ ਹੁਣ ਕਰ ਲੱਗੇ ਫਿਰ ਸਟਾਰਟ। ਫਿਰ ਡਾਊਨ ਹੋ ਗਈ, ਐਂਪਲੀ ਤਾਰ ਵੱਖਰੀ ਲਾ ਦਿਆ ਕਰੋ ਨਾ, ਟਾਇਰ ਟਾਇਰ ਸਿੱਧੇ ਕਰਦੇ ਨਾ, ਕਰਦੇ ਕਰਦੇ ਕਰਦੇ। ਗੁਰੂ ਮਹਾਰਾਜ ਦਾ ਪਾਠ ਆਪਾਂ ਕਰ ਲਿਆ ਜੀ, ਅਤੇ ਹੁਣ ਸਾਰਾ ਦਿਨ ਪੋਜ਼ਿਟਿਵ। ਕਈ ਬੰਦੇ ਪੁੱਛ ਦਿੰਦੇ ਬਾਈ ਪੋਜ਼ਿਟਿਵ ਕਿੱਦਾਂ ਰਹਿ ਲੈਂਦੇ ਜੀ, ਇੰਨਾ ਜਾਣ ਮੇਰੀ ਗੁਰਦੁਆਰਾ ਸਾਹਿਬ ਜਾਇਆ ਕਰੋ ਅਤੇ ਪਾਠ ਕਰਿਆ ਕਰੋ, ਤੁਹਾਡੇ ਦਿਮਾਗ ਵਿੱਚ ਨੈਗੇਟਿਵ ਖਿਆਲ ਆਉਣੇ ਹੀ ਨਹੀਂ ਹੈ। ਅਤੇ ਪਹਿਲਾਂ ਵੀ ਤੁਹਾਨੂੰ ਸ਼ਾਇਦ ਇੱਕ ਵਲੋਗ 'ਚ ਮੈਂ ਦੱਸਿਆ ਸੀ ਕਿ ਜਦੋਂ ਕਿਤੇ ਨੈਗੇਟਿਵ ਖਿਆਲ ਮਨ 'ਚ ਆਵੇ ਵੀ ਨਾ, ਉਹਦੇ ਉਹਨੂੰ ਪੋਜ਼ਿਟਿਵ ਸੋਚਣਾ ਵਾ, ਨੈਗੇਟਿਵ ਨਹੀਂ ਸੋਚਣਾ। ਇਹ ਆਪਣੀ ਸੋਚ 'ਤੇ ਹੁੰਦਾ ਹੈ ਨਾ, ਜਿੱਦਾਂ ਵੀ ਆਪਾਂ ਦਿਮਾਗ 'ਚ ਬੈਠੇ ਸੋਚੀ ਜਾਵਾਂਗੇ ਤਾਂ ਉਹੋ ਜਿਹੀ ਗੱਲਾਂ ਦਿਮਾਗ 'ਚ ਆਉਣੀਆਂ ਹੈ ਨਾ, ਉਹੋ ਜਿਹੇ ਬਾਅਦ 'ਚ ਆਪਣੀਆਂ ਚੀਜ਼ਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ। ਅਤੇ ਆ ਜਾਓ ਫਿਰ ਜਾਣ ਮੇਰੀਏ, ਚੱਲੀ ਗਏ ਸ਼ਹਿਰ ਨੂੰ, ਡਰਾਈਵਰ ਦਾ ਜਿਹੜਾ ਕੰਮ ਕਰਵਾਉਣਾ ਕਰਵਾ ਕੇ ਲੈ ਗਏ ਜੀ। ਮਿੱਤਰਾ ਉੱਧਰ ਵੇ, ਗੈਂਗ ਅੰਦਰ ਗਾਣੇ ਲਾ ਕੇ ਤੇ ਸ਼ੇਰ ਨਹੀਂ ਬਾਹਰ ਦੂਹ ਤੂੰ ਚੈਟੋ ਚੈਟੀ ਹੋਣ ਡਿਆ। ਉਹ ਕਿੱਥੇ ਮੰਨਿਆ ਨੀ, ਆਏ ਨਹੀਂ ਅਜੇ? ਕਦੋਂ ਦੇ ਫੋਨ ਲਾ ਤੁਹਾਨੂੰ ਕਿ ਜਾਣਾ ਨਹੀਂ ਆ, ਨਹੀਂ ਤਾਂ ਆਪਾਂ ਚੱਲੀਏ ਗੁਰੂਆ, ਆਪਾਂ ਲੇਟ ਹੋ ਜਾਣਾ। 10:45 ਹੋ ਗਏ ਤੇ ਇਹ ਬੰਦੇ 8:30-9 ਵਜੇ ਦੇ ਗਏ ਆ, ਅਤੇ ਝੂਠੇ ਗਵਾਂਗ ਤੁਰੇ ਆਉਂਦੇ ਜੀ ਹੁਣ ਵੇਲਾ। ਹੈਂ, ਇਹਨਾਂ ਨੇ ਲੇਟ ਕੀਤਾ, ਟਾਈਮ ਦੀ ਕਦਰ ਹੀ ਨਹੀਂ ਹੈਗੀ ਕੋਈ ਤੇ। ਹੈਂ, ਨਹੀਂ ਲੁਕਦੇ ਫਿਰਦੇ ਜੀ ਹੁਣ, ਹਾ ਕਿਹੜੀਆਂ ਪੈਂਟਾਂ ਪਾ ਕੇ ਆਏ ਜੇ, ਇਹਨਾਂ ਤਾਂ ਚੰਗਾ ਸਾਰਾ ਪਹਿਲਾਂ ਕੱਪੜੇ ਜਿਹੜੇ ਪਾਏ ਉਹ ਚੰਗੇ ਸੀ, ਦੱਸਦਾ ਨੀ ਮਗਰ ਮੰਨਾ। ਝੂਠੇ ਜੀ ਹੁਣ ਕੀ ਕਰੀ ਜਾਂਦੇ ਵੇ,
ਬੂਹੇ ਲੈ ਕੇ ਕੀ ਚਾਚੀ ਇੱਥੇ ਕੀ ਆ ਇੱਥੇ ਕੀ ਆ ਹੈ ਝੂਠੇ ਜੇ ਗਵਾਹ ਵਾਂਗੂ ਤੁਰੇ ਫਿਰਦੇ ਜੇ ਡੇਢ ਘੰਟਾ ਤੂੰ ਕਿੱਥੇ ਲਾ ਕੇ ਆ ਦੱਸੋ ਮੈਨੂੰ ਇਹਨੂੰ ਕੀ ਪੁੱਛਣਾ ਤੁਸੀਂ ਇੱਕ ਦੂਜੇ ਲੰਗਲਾ ਕਰੀ ਜਾਂਦੇ ਜੇ ਹੁਣ ਮੈਨੂੰ ਕੁਛ ਨੀ ਪਤਾ ਭਾਊ ਮੈਂ ਜਿੰਨਾ ਚਿਰ ਚੀਜ਼ ਅੱਖੀ ਨੀ ਵੇਖ ਲੈਂਦਾ ਨਾ ਜਾਂ ਕੰਨੀ ਸੁਣ ਲੈਂਦਾ ਮੈਂ ਉਹਨਾਂ 'ਚ ਨਹੀਂ ਯਕੀਨ ਕਰਦਾ ਹੁੰਦਾ ਲੋਕੀ ਤਾਂ ਬੜਾ ਕਹਿੰਦੇ ਆ ਹੈਂ ਲੋਕੀ ਤੈਨੂੰ ਮਿੱਠਾ ਮਿੱਠਾ ਕਹੀ ਜਾਂਦੇ ਮੰਨੇ ਤੂੰ ਮਿੱਠਾ ਕਹਿੰਦੇ ਦੱਸ ਸਾਡਾ ਤੇ ਭਰਾ ਵਾ ਤੂੰ ਕਹਿਣ ਦੀ ਕਿਹੜੀ ਗੱਲ ਆ ਕਿਉਂ ਚੱਜੀ ਤੇਰੀ ਇੱਧਰ ਵੇ ਤੈਨੂੰ ਕਿਹੜਾ ਕਿਸੇ ਨਹੀਂ ਆਉਂਦੇ ਤੈਨੂੰ ਵੀ ਬੜਾ ਕੁ ਕਹਿੰਦੇ ਆ ਹੈਂ ਮਿੱਠੇ ਵਾਲੀ ਗੱਲ ਕਿੱਥੋਂ ਆ ਗਈ ਸਾਨੂੰ ਹੀ ਪਤਾ ਮੰਜਾ ਕਰੋ ਪਾਸੇ ਮੜਾ ਜਾ ਗੱਡੀ ਕਰਦੀ ਸਟਾਰਟ ਫਿਰ ਖਿੱਚਦੇ ਫੋਟੋਆਂ ਰਾਣੀ ਸੁੰਦਰਾਂ ਨਾਲ ਕਰੀਏ ਸਟਾਰਟ ਗੱਡੀ ਧੋਤੀ ਤਾਂ ਫੋਟੋ ਨੂੰ ਗੱਡੀ ਨੇ ਸਹੀ ਹੋਣੀ ਧੋਣ ਵਾਲੀ ਗੱਡੀ ਆਪਾਂ ਖਿੱਚਦੇ ਹਾਂ ਘੈਂਟ ਜੀ ਫੋਟੋ ਇੱਕ ਖਿੱਚਣੀ ਪਰ ਖਿੱਚਾਂਗੇ ਘੈਂਟ ਜੀ ਚੱਲ ਵੀ ਰਾਣੀਏ ਅੰਦਰੋਂ ਪੂਰੀਆਂ ਲਿਸਕਾਂ ਪੁਸਕਾਂ ਮਾਰਨ ਡਈ ਉਹ ਗੁੱਸੇ ਤਾਂ ਨਹੀਂ ਬੈਠੀ ਕਿਤੇ ਹੈਂ ਵਾਹਿਗੁਰੂ ਮਿਹਰ ਕਰਿਓ ਉਸ ਦੀ ਨਹੀਂ ਆਪਣੇ ਨਾਲ ਇਹ ਉੱਠਦਾ ਚਲੀ ਆਪਾਂ ਮਾਰੋ ਚੰਦਰਾ ਹਾਂ ਵੀ ਕੋਕੋ ਤੂੰ ਕਿਤੇ ਪੈ ਜਾਣ ਨੂੰ ਫਿਰਦਾ ਦਿਨਾਂ ਬਾਅਦ ਕੱਢੀ ਓ ਰਾਣੀ ਸੁੰਦਰਾ ਮੈਂ ਨਾ ਲਿਬੜੀ ਪਈ ਆ ਤੇ ਤਾਂ ਵੀ ਚਮਕਾਂ ਮਾਰਨ ਡਈ ਆ ਹੈ ਬਾਬਾ ਸੁੱਖ ਰੱਖੇ ਜਿਹੜੇ ਵੀਲ ਅਸੀਂ ਲੱਭਣ ਡੇ ਸ਼ੇਰੇ ਦੀ ਗੱਡੀ ਵਾਸਤੇ ਉਹ ਮਿਲ ਗਏ ਇਹਨੂੰ ਪਵਾ ਕੇ ਲਿਆਵਾਂਗੇ ਬਾਕੀ ਇਹ ਕਿ ਅਸੀਂ ਪਹਿਲਾਂ ਸੋਚਿਆ ਕਿ ਗੱਡੀ ਰਹਿਣ ਦਿੰਦੇ ਹਾਂ ਅੱਜ ਕਿ ਪਹਿਲਾਂ ਵੀਲ ਪਏ ਹੁੰਦੇ ਫਿਰ ਮੈਨੂੰ ਕਿਹਾ ਮੈਂ ਕਿ ਆਪਾਂ ਦੁਕਾਨ 'ਤੇ ਜਿਹੜੀ ਚੀਜ਼ ਕੋਈ ਨਾ ਕੋਈ ਪਸੰਦ ਆ ਜਾਂਦੀ ਹੁੰਦੀ ਆ ਬਾਕੀ ਚੱਲ ਰਾਣੀਏ ਚੱਲੀਏ ਚਲੋ ਚੱਲੀਏ ਬਾਹਰ ਬਹਿੰਦੇ ਨਹੀਂ ਇੱਕ ਨਾ ਸ਼ੇਰ ਨਾ ਬਹਿ ਜਾਓ ਚੱਲ ਰੇ ਭਾਈ ਚੱਲੀਏ ਚੰਗਾ ਬਾਬਾ ਪਹੁੰਚ ਗਏ ਯਾਰ ਹੁਣ ਅੰਬਰਸਰ ਐਂਟਰੀ ਕਰ ਚੁੱਕੇ ਹਾਂ ਅਤੇ ਫੋਰਡ ਦੀ ਏਜੰਸੀ ਵੀ ਆ ਕਹਿੰਦੇ ਫੋਰਡ ਦੀ ਏਜੰਸੀ ਭਾਵੇਂ ਬੰਦ ਕਰਤੀ ਹੋਵੇ ਇਹਨਾਂ ਨੇ ਹੈਂ ਕੰਮ ਉੱਜੜਿਆ ਉੱਜੜਿਆ ਲੱਗਦਾ ਮੈਨੂੰ ਉਹ ਖੋਲ੍ਹੀ ਜਾਂਦੇ ਪਾਰਟ ਪੂਟ ਜੇ ਉਹ ਪੁੱਛਣਾ ਪੈਣਾ ਇਹਨਾਂ ਨੂੰ ਇੱਧਰ ਵੇਖ ਗੁਰੂ ਆਹ ਤੇ ਟਰੋੜਾ ਕਾਲਾ ਕੱਢੀ ਇੱਧਰ ਵੇਖ ਤਾਂ ਸਹੀ ਕੀ ਬਣ ਡਿਆ ਏਜੰਸੀ ਵਾਲਾ ਕੰਮ ਲੱਗਦਾ ਖਤਮ ਹੋਇਆ ਪਿਆ ਵਾ ਖਤਮ ਹੋਇਆ ਲੈ ਏਜੰਸੀ 'ਤੇ ਖੋਲ੍ਹੀ ਫਿਰਨ ਡੇ ਏਜੰਸੀ ਜਿਹੜੀ ਆਪਾਂ ਗੱਡੀ ਲਈ ਉਹ ਏਜੰਸੀ ਉਹਨਾਂ ਨੇ ਦੇੜ ਵੇੜ ਦਿੱਤੀ ਆ ਤੇ ਜਾਂ ਚੁੱਕ ਕੇ ਹੋਰ ਕੇ ਪਾਸੇ ਲੈ ਗਏ ਹੋਣਗੇ ਪਰ ਆਪਾਂ ਨੂੰ ਪਤਾ ਨਹੀਂ ਆਪਾਂ ਪਤਾ ਕਰ ਲੈਂਦੇ ਹਾਂ ਤੇ ਉਦਾਂ ਚੰਡੀਗੜ੍ਹ ਜਾਣਾ ਉੱਥੇ ਚਲੋ ਏਜੰਸੀਆਂ ਮਨਿੰਦਰ ਨੇ ਕੰਮ ਕਰਾਇਆ ਗੱਡੀ ਦਾ ਤੇ ਉੱਥੋਂ ਕਰਾ ਲਾਂਗੇ ਪਰ ਫਿਲਹਾਲ ਫਿਰ ਅੱਜ ਇੰਸ਼ੋਰੈਂਸ ਕਰਵਾ ਲੈਂਦੇ ਹਾਂ ਅਤੇ ਸ਼ੇਰੇ ਦੀ ਗੱਡੀ 'ਤੇ ਟਾਇਰ ਪਵਾ ਲੈਂਦੇ ਹਾਂ ਸ਼ਹਿਰ 'ਤੇ ਆਏ ਹਾਂ ਕੋਈ ਨਾ ਕੋਈ ਤਾਂ ਕਰਕੇ ਹੀ ਜਾਵਾਂਗੇ ਕੀ ਕਹਿੰਦਾ ਮੈਂ ਵੀ ਮਿੱਤਰਾ ਮੈਂ ਨਾ ਕਮੈਂਟ ਪੜ੍ਹਨ ਡਿਆ ਸੀ ਸ਼ੇਰੇ ਵਾਲਾ ਵੇਖ ਕੇ ਨਾ ਕਈ ਭਰਾ ਜਿਹੜੇ ਪੁਰਾਣੇ ਆਪਣੇ ਨਾਲ ਜੁੜੇ ਵਲੋਗ ਨੇ ਇਹਨਾਂ ਨੂੰ ਕੋਈ ਨਾ ਕੋਈ ਗੱਲ ਚੇਤੇ ਆ ਜਾਂਦੀ
ਉਹ ਕਿਸੇ ਸੱਜਣ ਨੂੰ ਗੱਲ ਚੇਤੇ ਆਈ ਕਹਿੰਦਾ ਸ਼ੇਰ ਦੀ ਨਿੰਬੂ ਵਾਲੀ ਗੱਲ ਦੱਸ ਦਿਓ ਤੇ ਉਹ ਭਾਈ ਅਸੀਂ ਦੱਸ ਤਾਂ ਸਕਦੇ ਜੇ ਸਾਨੂੰ ਇੱਧਰੋਂ ਪਰਮਿਸ਼ਨ ਮਿਲਦੀ ਆ ਤੇ ਇਹ ਬੰਦਾ ਸਾਨੂੰ ਕਹਿ ਦੇ ਕਿ ਗੱਲ ਦੱਸ ਦਿਓ ਫਿਰ ਦੱਸ ਸਕਦੇ ਹਾਂ ਪਰ ਗੱਲ ਇਹ ਕਿ ਮੇਰੇ ਵੀ ਉਹਨਾਂ ਨੂੰ ਦੱਸਣ 'ਚ ਗੱਲ ਆਉਂਦੀ ਨਹੀਂ ਆ ਕਿਉਂਕਿ ਉਹ ਮਸ਼ੇਰਾ ਹੋ ਗਿਆ ਸਿਆਣਾ ਗੱਲ ਉਹ ਵੀ ਜ਼ਿਆਦਾ ਪੁਰਾਣੀ ਜੇ ਉਹਨੂੰ ਗੱਲ ਦੱਸਤੀ ਤੇ ਕੁੜੀ ਗੁੱਝੇ ਭੇਦ ਖੋਲ ਜਾਣੇ ਆ ਸਿਆਪਾ ਪੈ ਜਾਣਾ ਜਿਹੜਾ ਕੰਮ ਸਰਚਿੰਗ ਤੇ ਚੱਲਣ ਡਿਆ ਸਰਚਿੰਗ ਦੇ ਵਿੱਚ ਤੇ ਲੱਭਣਾ ਕੁਛ ਨਹੀਂ ਸਾਨੂੰ ਉਹ ਚੋਂ ਤਾਂ ਲੱਭਣਾ ਕੁਛ ਨਹੀਂ ਕੁੜੀ ਉਹ ਸਾਨੂੰ ਤੇ ਹੈ ਜੇ ਉਹ ਗੱਲ ਦੱਸਦੀ ਤੇ ਹੋ ਸਕਦਾ ਪੁਰਾਣੇ ਸੱਜਣ ਵੀ ਆ ਵੱਜਣ ਮੱਥੇ 'ਚ ਇਹ ਮੇਰੇ ਪਿੱਛੇ ਇੰਨਾ ਰੂੰਦੂ ਤੋਂ ਤੂੰ ਬਣਿਆ ਸ਼ੇਰਾ ਹੈ ਹਾਏ ਉਹ ਤੇਰਾ ਪਿੱਛਿਆ ਠੀਕ ਹੈ ਮਤਲਬ ਕੀ ਦਾਲ 'ਚ ਕੁਝ ਕਾਲਾ ਹੈਗਾ ਵਾ ਹੈ ਇਹ ਸਾਰੀ ਦਾਲ ਹੀ ਕਾਲੀ ਕਰੀ ਬੈਠੇ ਰਾਤੀ ਸਰਪੰਚ ਹੋਣੀ ਗਏ ਬਾਦਸ਼ੀ ਕਰਨ ਰਾਤੀ ਤੇ ਇੰਨਾ ਸ਼ੁਕਰ ਹੈ ਕਿ ਸਰਪੰਚ ਹੋਣੀ ਰਾਤੀ ਗਏ ਨਾਨਕੇ ਹੀ ਆ ਪਰ ਸਵੇਰੇ ਤੋਂ ਵਾਪਸ ਆਉਂਦਾ ਨਾਂ ਨਹੀਂ ਲੈਣ ਡੇ ਗੱਲ ਕੋਈ ਹੈਗੀ ਆ ਬਹਾਨਾ ਰਾਤ ਵਜਾ ਨਾਨਕਿਆਂ ਦਾ ਰਾਤੀ ਮੈਨੂੰ ਜਾ ਕੇ ਉੱਥੇ ਮੈਸੇਜ ਵੀ ਆਇਆ ਸਟੀਕ ਵੀ ਭੇਜੀ ਉਹਨੇ ਪਰ ਗੱਲ ਕਹਿੰਦੀ ਕਿ ਸਵੇਰੇ ਬਾਪੂ ਨੂੰ ਕਹਿੰਦੇ ਤੜਕੇ ਕਹਿੰਦੇ ਪਰ ਆਏ ਨਹੀਂ ਆ ਅਤੇ ਨਾ ਹੀ ਕੋਈ ਉਹਨਾਂ ਦਾ ਮੈਸੇਜ ਆਇਆ ਕਿਸੇ ਨੂੰ ਵੀ ਤੁਹਾਨੂੰ ਨਹੀਂ ਆ ਗਏ ਆਪਾਂ ਫੁੱਲ ਬਾਦਸ਼ੀ ਕਰੀਏ ਫਿਰ ਉਹਨਾਂ ਮਿਸ ਕਰਨਾ ਆਪਾਂ ਨੂੰ ਹੋ ਸਕਦਾ ਆਪਣੇ ਜਲਦੀ ਬਾਦਸ਼ੀ ਕਰਨ ਡੇ ਹੁਣ ਆ ਜਾਓ ਭਾਈ ਆਈਏ ਲਓ ਵੀ ਮਿੱਤਰੋ ਹੀਲ ਚੈੱਕ ਕਰੀਏ ਕਹਿੰਦੇ ਪਾਤੇ ਆ ਕਹਿੰਦੇ ਆ ਕਿਹੜਾ ਸਹੀ ਲੱਗਦਾ ਚੱਲ ਆ ਮੰਨੇ ਬਾਦਸ਼ੀ ਹੋਣ ਡੀ ਬਾਦਸ਼ੀ ਕਹਿੰਦੇ ਕੰਮ ਪਕੌੜੇ ਪਕੌੜੀ ਹੋਇਆ ਪਿਆ ਇਹ ਹੋਰ ਸ਼ਾਹ ਠੀਕ ਠਾਕ ਆ ਓਕੇ ਰਿਪੋਰਟ ਕਾਫੀ ਬਣਾ ਦਿਓ ਪਰ ਘੈਂਟ ਜੀ ਮੁੰਡਿਆਂ ਵਾਸਤੇ ਲੈ ਵੀ ਆਪਾਂ ਇਹਨਾਂ ਵਿੱਚ ਇੱਕੋ ਹੀ ਪਕੌੜਾ ਨਹੀਂ ਖਾਣਾ ਕਿਉਂਕਿ ਆਪਾਂ ਡਾਇਟਿੰਗ ਦੇ ਹੈਗੇ ਹਾਂ ਆਪਣੇ ਆਉਂਦੇ ਸੈਂਡਵਿਚ ਦੇ ਸੈਂਡਵਿਚ ਨੂੰ ਜੇ ਹੱਥ ਵੀ ਲੱਗ ਗਿਆ ਤਾਂ ਇੱਥੇ ਲੜਾਈ ਹੋਈ ਨਹੀਂ ਕੁੜੀ ਕਪੱਤ ਹੋਏ ਨਾ ਭੈਣ ਛੂ ਤੁਸੀਂ ਖਾਓ ਵੀਰ ਪਕੌੜੇ ਉਦੋਂ ਬੜਾ ਉੱਠ ਕੇ ਗਿਆ ਪਕੌੜੇ ਖਾਣੇ ਤਾਂ ਖਾਓ ਨਹੀਂ ਨਹੀਂ ਖਾਓ ਖਾਓ ਤੁਸੀਂ ਸੈਂਡਵਿਚ ਨਹੀਂ ਉਂਗਲ ਕਿਸੇ ਨੇ ਲਾਉਣੀ ਹੱਥ ਨਹੀਂ ਲਾਉਣਾ ਕਿਸੇ ਨੇ ਗੱਲ ਇੱਦਾਂ ਵਾ ਕਿ ਕਈ ਵਾਰ ਨਾ ਜਿਹੜੇ ਆਪਾਂ ਨੂੰ ਵੀਰ ਭਰਾ ਮਿਲਦੇ ਨਾ ਕਈ ਵਾਰ ਬਾਹਲੇ ਘੈਂਟ ਭਰਾ ਮਿਲ ਪੈਂਦੇ ਆ ਵੈਸੇ ਅੱਜ ਤੱਕ ਜਿੰਨੇ ਬੰਦੇ ਮੈਨੂੰ ਜ਼ਿੰਦਗੀ 'ਚ ਮਿਲੇ ਨਾ ਜਦੋਂ ਦਾ ਮੈਂ ਸੋਸ਼ਲ ਮੀਡੀਆ 'ਤੇ ਆਇਆ ਜਿਹੜੇ ਬੰਦੇ ਅੱਜ ਤੱਕ ਮਿਲੇ ਸਾਰੇ ਵਧੀਆ ਹੀ ਮਿਲੇ ਯਾਰ ਪਰ ਕਈ ਵਾਰ ਕੁਛ ਬੰਦੇ ਇਹੋ ਜਿਹੇ ਮਿਲ ਪੈਂਦੇ ਜਿਹਨਾਂ ਨਾਲ ਨਾ ਆਪਣਾ ਮੱਤ ਜੀ ਮਿਲ ਜੀ ਜਾਂ ਆਪਣਾ ਸੁਭਾਅ ਹੀ ਉਹਨਾਂ ਵਰਗਾ ਹੁੰਦਾ ਹੈ ਨਾ ਅਸਮੁੱਖ ਜਿਹਾ ਸੁਭਾਅ ਹੁਣ ਵੀ ਅਸੀਂ ਵੀਲਾਂ ਦੀ ਦੁਕਾਨ 'ਤੇ ਕਿਸੇ ਵੀਰ ਕੋਈ ਸਟੋਰੀ ਸਟਾਰੀ ਵੇਖ ਕੇ ਭਰਾ ਆਏ ਬਟਾਲੇ ਤੋਂ ਅਸੀਂ ਅਤੇ ਵਧੀਆ ਲੱਗਾ ਭਰਾਵਾਂ ਨੂੰ ਮਿਲ ਕੇ ਹੈ ਨਾ ਅਤੇ ਬਾਕੀ ਅੱਗੇ ਬਲੋਗ 'ਚ ਸ਼ੋਰਟ ਪਾ ਦਈ ਅਤੇ ਹੁਣ ਆਪਾਂ ਕਾਫੀ ਟਾਈਮ ਬਲੋਗ ਸ਼ੋਰਟ ਨਹੀਂ ਨਾ ਪਾਉਂਦੇ ਮਿਲਦੇ ਪਾਇਆ ਕਰੀ ਜਾਣਾ ਯਾਰ ਜੇ ਕੋਈ ਆਪਣੇ ਟਾਈਮ ਕੱਢ ਕੇ ਮਿਲਦੇ ਪਰ ਜਿਹੜੇ ਕਿ ਵੀਰ ਘਰ ਆਉਂਦੇ ਨਾ ਉਹ ਬਿਨਾਂ ਭਰਾ ਐਤਵਾਰ ਆਇਓ ਉਹ ਤੁਹਾਨੂੰ ਦੱਸਿਆ ਐਤਵਾਰ ਆਇਆ ਕਰੋ ਆਪਾਂ ਤਾਂ ਐਤਵਾਰ ਬਈ ਲੰਗਰ ਦਾ ਵੀ ਪ੍ਰਬੰਧ ਕਰਨ ਰਹਿ ਪਏ ਅਸੀਂ ਪਰ ਕੁਛ ਕੁ ਬੰਦਿਆਂ ਕਰਕੇ ਕੰਮ ਖਰਾਬ ਹੋਇਆ ਜਿਹੜੇ ਬੰਦੇ ਹਰ ਬੰਦੇ ਘਰ ਜਾ ਕੇ ਸਿੱਧਾ ਵੀਡੀਓ ਵਾਡੀ ਬਣਾਉਣ ਰਹਿ ਪਏ ਅੰਦਰ ਕਮਰੇ ਤੱਕ ਵੜ ਗਏ ਉਹਨਾਂ ਬੰਦਿਆਂ ਕਰਕੇ ਸਾਰਾ ਕੰਮ ਖਰਾਬ ਹੋਇਆ ਹੈ ਨਾ ਅਤੇ ਬਾਕੀ ਲਵ ਜੀ ਭਰਾ ਸਾਰਿਆਂ ਨੂੰ ਦਿਲੋਂ ਪਿਆਰ ਇੰਨੀ ਸਪੋਰਟ ਕਰਦੇ ਤੁਸੀਂ ਭਰਾ ਨੂੰ ਉਹ ਭਰਾ ਦੱਸਣੇ ਕਹਿੰਦੇ ਵਲੋਗ ਵੇਖ ਕੇ ਇੰਨਾ ਕੁ ਨਜ਼ਾਰਾ ਆਉਂਦਾ ਨਾ ਕਹਿੰਦੇ ਇਹਨੂੰ ਦੱਸ ਨਹੀਂ ਸਕਦੇ ਕਹਿੰਦੇ ਅੱਜ ਮਿਲ ਕੇ ਆਉਂਦੇ ਯਾਰ ਬਹੁਤ ਵਧੀਆ ਲੱਗਾ ਮੇਰੀ ਜਾਣ ਤੁਸੀਂ ਵਲੋਗ ਵੇਖਦੇ ਜਿੱਥੇ ਆਪਾਂ ਬਣਾਈ ਜਾਂਦੇ ਹਾਂ ਹੈ ਨਾ ਜਦੋਂ ਤੁਸੀਂ ਵੇਖਣ ਹੋਣ ਕਿਸੇ ਬਣਾਉਣ ਵੜ ਜਾਣਾ ਪਰ ਅਸੀਂ ਢੀਠ ਹੋ ਰਹੇ ਫਿਰ ਨਹੀਂ ਹਟਣਾ ਜੀ ਅਸੀਂ ਬਣਾਈ ਜਾਣੇ ਅਸੀਂ ਵਿਹਲੇ ਅਸੀਂ ਕਰੀਏ ਕੀ ਯਾਰ ਉਹ ਕੰਮ ਹੀ ਨਹੀਂ ਹੋਰ ਕੋਈ ਹੁਣ ਬਸ ਇਹੋ ਕੁਝ ਆ ਕਹਿੰਦੇ ਸੈਂਡਵਿਚ ਆ ਗਿਆ ਆਕੜਾਂ ਸ਼ੇਰਣੀ ਫਿਰ ਲੈਣ ਡਿਆ ਪਿਆ ਅਤੇ ਵੇਖੀ ਬਈ ਧਿਆਨ ਨਾਲ ਖਾਈ ਉਹਦੇ ਵਿੱਚ ਚਿਕਨ ਵਾਲਾ ਵੀ ਹੈਗਾ ਜੀ ਹੋਰ ਨਾ ਕੰਮ ਬਣ ਜਾਏ ਬਾਕੀ ਤੁਸੀਂ ਪਰੌਣ ਖਾ ਲਏ ਆਪਣੇ ਪਨੀਰ ਵਾਲੇ ਦੱਸਣ ਤਾਂ ਡਿਆ ਜੀ ਤੁਸੀਂ ਆਪਣੇ ਲੈ ਖਾ ਇੱਧਰ ਨਾ ਧਿਆਨ ਦਿਓ ਹੁਣ ਨਹੀਂ ਤੈਨੂੰ ਦੱਸਦਾ ਨਾ ਵੇਖ ਕੇ ਐਵੇਂ ਮਾਮਾ ਅਸੀਂ ਵਜੋਂ ਇਹੋ ਹੀ ਲੱਗਦਾ ਮੈਨੂੰ ਧਿਆਨ ਨਾਲ ਖਾਈ ਭਰਾਵਾ ਹੁਣ ਠੀਕ ਹੈ ਪਰ ਤੂੰ ਤਾਂ ਖਾਣੇ ਨਹੀਂ ਹੈ ਖਾਣੇ ਆ ਹਾਂ ਮਾਮਾ ਪਨੀਰ ਵਾਲੇ ਪਲੇ ਪਾਉ 'ਚ ਇੰਨਾ ਤੇਲ ਹੀ ਤਾਂ ਵੀ ਵਲੇੜ ਗਿਆ ਫਿਰ ਕਹਿਣਾ ਮੈਨੂੰ ਉਤਰਾ ਹੁੰਦਾ ਫਿਰ ਕਹਿਣਾ ਮੈਨੂੰ ਘਬਰਾ ਲੈ ਵੀ ਮਿੱਤਰਾ
ਸ਼ੇਰੇ ਦੀ ਗੱਡੀ ਨੂੰ ਆਹ ਪਵਾਏ, ਸ਼ੇਰੇ ਨੂੰ ਆਹ ਪਸੰਦ ਆਏ, ਇਹਨੂੰ ਤਾਂ ਵੈਸੇ ਮੈਂ ਕਿਹਾ ਮੇਰੇ ਨਾਲ ਦੇ ਪਵਾਲਾ, ਪਰ ਕਹਿੰਦਾ ਨਹੀਂ। ਇਹ 18 ਕਿ 17 ਵਾ? 18 ਇੰਚ ਪਵਾ ਦੇ ਆਪਣੇ ਵਾਲੀ ਗੱਡੀ ਦੇ 17 ਆ। ਓਹੋ ਓਹੋ, ਇੰਨਾ ਤੇ ਮੋ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਜੀ। ਬਿੱਲ ਵਾਲਾ ਕੰਮ ਤੇ ਕਰਤਾ ਜੀ ਸ਼ੇਰੀ ਦੀ ਗੱਡੀ ਦਾ, ਓਕੇ ਰਿਪੋਰਟ। ਉੱਦਾਂ ਆਪਾਂ ਪਾਉਣੇ 17 ਇੰਚ, 17 ਇੰਚ ਜਿਹੜੇ ਆਪਣੇ ਐਕਸ਼ੂ ਨੇ ਪਏ ਨਾ, ਉੱਦਾਂ ਉਹ ਵਾਲਾ ਡਿਜ਼ਾਇਨ ਪਾਉਣਾ ਸੀ ਆਪਾਂ ਦੇ। ਪਰ ਸ਼ੇਰੇ ਦਾ ਮਨ ਵੱਜਾ, ਕਹਿੰਦਾ ਕਿ ਮੈਂ ਸਿਲਵਰ 'ਚ ਪਾਉਣਾ, ਅਤੇ ਸਿਲਵਰ 'ਚ 17 ਇੰਚ ਬੜਾ ਛੋਟਾ ਲੱਗਣ ਡਿਆ ਸੀ, ਫਿਰ 18 ਇੰਚ ਪਾਤੇ ਆ। ਅਤੇ ਲਾਈਟਾਂ ਲੂਟਾਂ ਲਵਾਓ ਲੱਗਦਾ ਪਤੰਦਰ ਮੈਨੂੰ, ਤਾਂ ਹੀ ਇਹਨੇ ਵਾਈਟ ਗੱਡੀ ਨੂੰ ਸਿਲਵਰ ਪਾਏ। ਇਹ ਵੀ ਬੜਾ ਸੋਹਣਾ ਲੱਗਾ ਵੀਲ, ਅਤੇ ਬਾਕੀ ਵੀ ਇਹਨੇ ਲਾਈਟਾਂ ਦਾ ਚਾਂਸ ਹੈਗਾ ਸ਼ੇਰੇ ਦਾ, ਤਾਂ ਹੀ ਮੈਨੂੰ ਉੱਥੇ ਹੌਲੀ ਕਹਿੰਦਾ, ਕਹਿੰਦਾ ਇਹ ਸਿਲਵਰ ਨਾ ਪਾਲੀ ਵਿੱਚ ਲਾਈਟਾਂ ਵੀ ਲੱਗ ਜਾਣੀਆਂ। ਮੈਂ ਠੀਕ ਹੈ ਭਾਈ, ਹੁਣ ਆਪਾਂ ਗੱਡੀ ਤਾਂ ਪਾਈਏ, ਕਿਉਂਕਿ ਜਿਹੜੇ ਕਿ ਮੇਨ ਕੰਮ ਲਈ ਆਪਾਂ ਆਏ ਸ਼ਹਿਰ, ਗੱਡੀ ਦੀ ਸਰਵਿਸ ਕਰਵਾਉਣੀ ਹੈ ਅਤੇ ਇੰਸ਼ੋਰੈਂਸ, ਅਤੇ ਦੋਵਾਂ 'ਚ ਕੋਈ ਕੰਮ ਨਹੀਂ ਹੋਇਆ। ਇੰਸ਼ੋਰੈਂਸ ਵਾਲਾ ਭਾਅ ਉਹ ਨਹੀਂ ਮਿਲਿਆ, ਉਹ ਕਹਿੰਦਾ ਮੈਂ ਘੰਟੇ ਤੱਕ ਆਉਣਾ ਵਾਂ। ਅਤੇ ਗੱਡੀ ਦੀ ਸਰਵਿਸ ਜਿੱਥੋਂ ਆਪਾਂ ਇੱਕ ਏਜੰਸੀ 'ਚ ਕਰਵਾਉਣੀ, ਇਹ ਤਾਂ ਏਜੰਸੀ ਨਿਕਲ ਆਈ ਬੰਦ, ਇਹਨਾਂ ਦੇ ਢਾਡੂ ਦਿੱਤੀ ਹੈ ਨਾ, ਬੰਦ ਕਰਤੀ, ਇੱਥੇ ਮਰਸਡੀ ਦੀ ਏਜੰਸੀ ਆਉਣ ਲੱਗੀ ਹੁਣ। ਅਤੇ ਇੱਕ ਏਜੰਸੀ ਆਪਣੇ ਸ਼ਹਿਰ 'ਚ ਹੋ ਰਹੀ ਆ, ਇੱਕ ਆਪਣੇ ਸ਼ਹਿਰ 'ਚ ਹੋ ਰਹੀ ਆ, ਉੱਥੋਂ ਆਪਾਂ ਇੱਕ ਮਿੰਟ ਵੀਰ ਮਿਲ ਪਿਆ ਕੋਈ, ਅਤੇ ਉੱਥੇ ਵੇਖਾਂਗੇ ਸਵੇਰੇ। ਗਰਮੀ, ਮੈਂ ਨਾ ਗੁਰੂ ਆ ਜੇ ਮਹੀਨਾ ਕਿਹੜਾ ਜਾਣ ਡਿਆ ਏ, ਬਾਬਾ ਸੁੱਖ ਰੱਖੇ। ਐਕਸਰਸਾਈਜ਼ ਬਹੁਤ ਸੋਹਣੀ ਲੱਗਣ ਡਈ ਆ। ਸੱਜੀ ਆਡੀ ਵਾਪਸ ਆ ਗਈ, ਇੱਕ ਜੱਜੀ ਵਾਪਸ ਕਾਹਦੀ, ਕਿਤੇ ਗਈ ਨਹੀਂ, ਬਸ ਇਹ ਮਾਤਾ ਸ਼੍ਰੀ ਠੀਕ ਨਹੀਂ ਸੀ, ਉੱਧਰ ਬਿਜੀ ਸੀ, ਅਤੇ ਮਾਤਾ ਹੁਣ ਆਡੀ ਕਾਇਮ ਹੁੰਦੀ ਜਾਂਦੀ ਹੌਲੀ ਹੌਲੀ। ਠੀਕ ਹੈ ਜੀ ਮਾਤਾ ਹੁਣ ਮਾਂ ਠੀਕ ਆ, ਸਭ ਲਗਾ ਕਿੱਦਾਂ ਖਿਲਰੀ ਰਹਿੰਦੀ ਆ, ਅਤੇ ਕੋਈ ਕਿਸੇ ਪਾਸੇ ਕੋਈ ਕਿਸੇ ਪਾਸੇ ਕੰਮ ਧੰਦੇ ਵੀਰ ਵੇਖਣੇ ਪੈਂਦੇ ਆ। ਜੋ ਤੈਨੂੰ ਕਿਹਾ ਸਾਡੇ ਨਾਲ ਅੰਦਰ ਆ ਜਾ, ਫੋਨ 'ਤੇ ਲੱਗਾ ਰਾਜਾ, ਤੂੰ ਫੋਨ 'ਤੇ ਲੱਗਾ ਸੀ, ਅਤੇ ਹੁਣ ਗੁਰੂ ਬਿੱਲੀ ਭਿੱਜੀ ਨੂੰ ਵੇਹਦਾ ਵਾ, ਕਿੱਥੇ ਚਲ ਗਏ ਬੰਦੇ ਮੇਰੇ, ਕਦੀ ਕਿਸੇ ਨੂੰ ਪੁੱਛਦਾ ਕਦੀ ਕਿਸੇ ਨੂੰ ਪੁੱਛਦਾ ਹੈ, ਕੈਮਰੇ ਦੇਖਣੇ ਹੋਵੇ ਉਹਨਾਂ ਕਿਹਾ ਸਭ ਕੁਝ ਦੇਖਦੇ ਆ, ਕਿੰਨੀ ਕਲੈਰਟੀ ਆਉਂਦੀ ਆ, ਚੈੱਕ ਕਰ ਦੋ ਇੱਕ ਵਾਰ, ਕਾਹਦੇ ਕੀਤੀ ਆ, ਕਿਹੜੀ ਫੋਟੋ, ਕਿਹੜੀ ਗੱਡੀ ਜੀ, ਅੱਜ ਵੀਲ ਪਾਏ ਮੁੰਡਾ ਪੂਰਾ ਖੁਸ਼ ਹੀ ਹੈ, ਪਾਤੀ ਚਮਕਾਂ, ਉਹ ਤਾਂ ਪਿਛਲੇ ਪਾਸੇ ਵੇਖ ਆਪਣੇ ਉੱਧਰ ਵੇ, ਕਾਹਨੂੰ ਗੱਲਾਂ ਹੀ ਹੋ ਗਈਆਂ, ਕਾਹਨੂੰ ਗੱਲਾਂ ਹੀ, ਬੜੇ ਦਿਨਾਂ ਬਾਅਦ ਕੱਢੀ ਸੀ ਅੱਜ, ਆਹ ਫਾਇਦਾ ਜੀ ਪੀ ਪੀ ਐਫ ਕਰਾਈ ਦਾ, ਕਹਿੰਦੇ ਕਾਹਨੂੰ ਗੱਲਾਂ ਹੀ ਕਰਾ ਦਈਆਂ ਮੁੰਡਿਆਂ ਨੇ, ਘੰਟੇ ਭਾਵੇਂ 2 ਲੱਗ ਗਏ ਸਾਨੂੰ, ਮੈਂ ਨਾ ਓਕੇ ਰਿਪੋਰਟ ਆ। ਪਰ ਹੈਗੇ ਗੱਡੀਆਂ ਦੇ ਨੇ ਨੇ ਕੰਮ ਨਾ ਰਹਿ ਹੀ ਜਾਂਦੇ, ਹੁਣ ਵਿਚਾਰੀ ਸੀਟ ਕਵਰ ਪੈਣ ਵਾਲੇ ਹੋ ਗਏ ਆ। ਚਲੋ ਸਵੇਰੇ ਜਾਣਾ ਏਜੰਸੀ 'ਚ, ਵੇਖਦੇ ਕੀ ਮੁੱਲ ਪੜਦਾ, ਸੁਮਰਾ ਦੀ ਵਾਸ਼ਿੰਗ ਹੋ ਗਈ, ਓਕੇ ਰਿਪੋਰਟ। ਗੱਡੀ ਜਾਂ ਤੇ ਲਿਬੜੀ ਤਿਬੜੀ ਹੋਵੇ ਮਜ਼ਾ ਨਹੀਂ ਆਉਂਦਾ। ਚੰਗਾ ਵੀ ਸ਼ਾਹ ਜੀ, ਬਾਏ ਬਾਏ, ਮਿਲਤੇ ਹੈ ਕੱਲ ਕੋ, ਕੱਲ ਫਿਰ ਆਏਗੀ ਆਪਕੇ ਪਾਸ। ਸਰਸ ਅੱਜ ਹੋਈ ਨਹੀਂ ਗੱਡੀ ਦੀ, ਨਾ ਹੀ ਇੰਸ਼ੋਰੈਂਸ ਹੋਈ ਆ, ਸਵੇਰੇ ਮਿੱਤਰੋ ਦੋਵੇਂ ਕੰਮ ਕਰਾ ਕੇ ਖੜਨੇ ਆ, ਏਜੰਸੀ ਇੱਕ ਹੋਰ ਲੱਭ ਲਈ, ਅੰਮ੍ਰਿਤਸਰ ਇੱਕ ਹੋਰ ਏਜੰਸੀ ਹੈਗੀ ਆ, ਚੱਲੇ ਯਾਰ ਹੋਣੀ ਵਾਪਸੀ 'ਤੇ ਕੋਈ ਕੰਮ ਨਹੀਂ ਆ, ਸਿਰਫ ਸ਼ੇਰੇ ਦੀ ਗੱਡੀ ਨੂੰ ਵੀਲ ਪਏ ਜੇ, ਇੱਕ ਆਪਣਾ ਯਾਰ ਦੋਸਤ ਸੀ ਉਹਨੇ ਥਾਰ ਲਿਆਂਦੀ, ਤਾਂ ਉਹ ਥਾਰ ਨੂੰ ਵੀਲ ਪਵਾਤੇ ਜੇ, ਪਰ ਸਾਡੇ ਭਰਾ ਦਾ ਆਪਣਾ ਕੋਈ ਕੰਮ ਨਹੀਂ ਜੀ ਹੋਇਆ, ਗੱਡੀ ਦੀ ਸਰਵਿਸ ਵੀ ਰਹਿ ਗਈ ਜੇ, ਅਤੇ ਇੰਸ਼ੋਰੈਂਸ ਵਾਲੇ ਭਾਊ ਨੇ ਫੋਨ ਹੀ ਨਹੀਂ ਚੁੱਕਿਆ, ਉਹ ਗਿਆ ਹੈ ਕਿਤੇ, ਕਹਿੰਦਾ ਮੈਂ ਆ ਗਿਆ ਆ ਗਿਆ, ਉਹ ਤੋਂ ਬਾਅਦ ਅਸੀਂ ਵੀ ਨਹੀਂ ਕੀਤਾ, ਨਾ ਉਹਦਾ ਆਇਆ, ਅਤੇ ਹੁਣ ਕੱਲ੍ਹ ਨੂੰ ਵੇਹਨੇ ਹਾਂ।
ਪਰ ਇੰਸ਼ੋਰੈਂਸ ਬਹੁਤ ਜ਼ਰੂਰੀ ਹੈ, ਸਰਸ ਵੀ ਜ਼ਰੂਰੀ। ਸਰਸ ਵੀ 2000 ਕਿਲੋਮੀਟਰ ਗੱਡੀ ਉੱਤੇ ਚੱਲ ਗਈ ਆ, ਲਾਪਰਵਾਹੀ ਨਿਸ਼ਾਨੀਆਂ ਇਹ ਸਿੱਧੀਆਂ ਸਿੱਧੀਆਂ। ਅਤੇ ਕੱਲ੍ਹ ਵੇਨੇ ਬਾਕੀ ਹੁਣ ਅਸੀਂ ਛੇਤੀ ਜਾਣਾ, ਜਾ ਕੇ ਜਿੰਮ ਜੁੰਮ ਲਾਉਣਾ ਅਜੇ। ਸਰਪੰਚ ਹੋਣੀ ਮੁੜਦਾ ਨਾ ਨਹੀਂ ਲੈਣ ਡੇ, ਹੈਂ ਫੋਨ ਕੀਤਾ ਆਉਂਦੇ ਆ ਨਾਨਕੇ, ਜਾ ਕੇ ਜੀ ਲਾ ਕੇ ਬਹਿ ਗਏ। ਵੀ ਮਿੱਤਰਾ ਪਹੁੰਚ ਗਏ ਯਾਰ ਨਹੀਂ ਘਰੇ, ਤਾਂ ਸਵੇਰ ਦੇ ਗਿਆ ਸੀ 12 ਵਜੇ 'ਤੇ, ਕਿਉਂ ਨਹੀਂ ਕੀਤਾ? ਅਤੇ ਆ ਹੈ ਆਪਾਂ ਘੰਟੇ 'ਚ ਵਾਪਰ ਸਕਦੇ ਸੀ, ਹੈ ਨਾ ਗੱਲ ਕਹਿੰਦੀ ਜਿਹਨੇ ਘਰੋਂ ਨਿਕਲ ਜਾਈਏ ਟਾਈਮ ਬਹੁਤ ਵੀ ਲੱਗ ਜਾਂਦਾ। ਇੱਥੇ ਵੀਲ ਪਾਉਣ ਗਿਆ ਉਹ ਵੀ ਬੰਦੇ ਪੀ ਜੀ, ਗੱਡੀ ਲਾ ਦੀ ਆ ਉਹ ਘਰੋਂ ਜਾਣਾ ਕਰਾ। ਹਾਂਜੀ ਯਾਰ ਸ਼ੇਰੀ ਹੋਣੀ ਆਏ ਨਹੀਂ ਵੇ, ਇਹ ਬਾਸ਼ੀ ਕਰਨ ਤੋਂ ਕਿਤੇ ਹੈ, ਅਸੀਂ ਆਏ ਮਜ਼ੇ ਮਜ਼ੇ ਆ ਅਤੇ ਸਾਡੇ ਤੋਂ ਉੱਤਰੇ ਵੀ ਪਹਿਲਾਂ ਆ, ਢਾਈ ਤੱਕ ਨਹੀਂ ਪਹੁੰਚੀ ਹੈ। ਲੈ ਵੀ ਸਮ ਵਾਲਾ ਮਾਹੌਲ ਚੈੱਕ ਕਰ ਲਓ ਤੁਸੀਂ, ਬੱਦਲਬਾਜ਼ੀ ਹੋਈ ਆ, ਕਣਕਾਂ ਪੱਕਣ 'ਤੇ ਆਈਆਂ ਵਾ, ਹੈ ਕੰਮ ਖਰਾਬ ਹੋਊਗਾ ਜੇ ਮੀਂਹ ਪੈ ਗਿਆ ਤਾਂ। ਲੈ ਵੀ ਰਾਣੀ ਸੁੰਦਰਾ ਕਰੋ ਚੈੱਕ ਤੁਸੀਂ, ਬਸ ਇਹਦੇ 2 ਕੰਮ ਰਹਿ ਗਏ ਸਿਰੇ ਕਰਾਉਣੇ ਆ, ਬਾਕੀ 1 ਰਿਪੋਰਟ ਹੀ ਆ। ਹਾਂ ਵੀ ਕੋਕੋ ਕੀ ਗੱਲ ਹੈ ਪੁੱਤ, ਹਾਂ ਇਹ ਹੂੜਾ ਭਾਲਦਾ ਜੀ, ਹੂੜਾ ਪੁੱਤ ਅਜੇ ਨਹੀਂ, ਹਜੇ ਨਹੀਂ, ਹਜੇ ਨਹੀਂ, ਹਾਏ ਹਾਏ, ਹਾਂ ਹਾਂ ਹੂੜਾ ਵੇਖੀ ਉਹ ਬਾਜਾ ਮਾਣ ਜੱਜੀ, ਜੱਜੀ ਬੁਲਾਉਣਾ ਤੈਨੂੰ, ਜੱਜੀ ਬੁਲਾਉਣਾ ਤੈਨੂੰ, ਹੈ ਜੱਜੀ ਬੁਲਾਉਣਾ ਤੈਨੂੰ, ਜੱਜੀ ਆਵੇ, ਜੱਜੀ ਮਾਰੀ ਵਾ ਇਹਨੂੰ, ਉਹ ਜਾ ਪੁੱਤ ਗੱਲ ਸੁਣੋ ਦੀ, ਜਿੱਦਣ ਨਹਾਈ ਕਰੇਗਾ ਉਦਣ ਬਾਹੂ ਵਿੱਚ, ਇੱਦਾਂ ਨਹੀਂ ਜਿੱਦਣ ਨਹਾਈ ਕਰੇਗਾ। ਚੱਲ ਵੀ ਮੈਂ ਤਾਂ ਉਹ ਭੱਜ ਗਏ 12 ਵਜੇ ਲਾ, ਦਾ ਵੱਜ ਗਿਆ ਨਾ ਦੋਵਾਂ ਦਾ, ਪੈਂਥਰ ਵੀ ਭੱਜ ਗਏ ਅਤੇ ਪ੍ਰਧਾਨ ਵੀ ਭੱਜ ਗਿਆ ਜੀ। ਉਹਨੀ ਆ ਲੈ ਵੀ ਮਿੱਤਰਾ, ਕਹਿੰਦੇ ਸੇਰਾ ਵੀ ਆ ਗਿਆ ਜੀ, ਸੇਰਾ ਖੁਸ਼ ਹੀ ਅੱਜ, ਪੂਰਾ ਖੁਸ਼ ਹੀ ਪੂਰਾ। ਲੈ ਮਿੱਤਰਾ ਦੱਸੋ ਲੁੱਕ ਕਿੱਦਾਂ ਲੱਗੀ ਗੱਡੀ ਦੀ? ਓਕੇ ਆ, ਸਿਲਰ ਪਏ ਤਾਂ ਮੈਨੂੰ ਬਲੈਕ ਕਿਹਾ ਸੀ, ਜਿਹੜੇ ਆਪਣੀ ਗੱਡੀ ਨੂੰ ਪਏ ਆ ਉਹਦਾ ਨਾਲ ਲੁੱਕ ਘੈਂਟ ਹੋਣੀ, ਇਹ ਕਿ ਚਲੋ ਵਾਈਟ ਦੇ ਨਾਲ ਸਿਲਵਰ ਦੀ ਲੁੱਕ ਵੀ ਬੜੀ ਘੈਂਟ ਲੱਗ ਕੇ ਆਈ ਹੈ। ਮਾੜੀ ਮਾੜੀ ਗੱਡੀ ਗਾਂ ਕਰ ਮਾੜੀ ਜੀ, ਨਾ ਆਪਾਂ ਜਾਣਾ ਜਿੰਮ ਜਾਣਾ, ਮਾੜੀ ਗਾਂ ਕਰਦੇ ਇੱਥੇ, ਮਾੜੀ ਜੀ ਗਾਂ ਕਰਦੇ, ਟਰੈਕਟਰ ਲੰਘਣਾ ਭਾਈ ਥੋੜ੍ਹੀ ਸੀ, ਜਾਣੇ ਤਾਂ ਜਾਣੇ ਤਾਂ। ਚੱਲ ਓਕੇ ਆ, ਇੱਧਰ ਅੰਦਰ ਜਾਣਾ ਵਾ, ਉਹ ਗੱਡੀ ਪਰਲੇ ਪਾਸੇ ਲਾ, ਜਨਰੇਟਰ ਪਾਉਣਾ ਉਹਨਾਂ ਨੇ, ਪਰਾਂ ਲਾ ਦੇ ਪਰਲੇ ਪਾਸੇ। ਚੱਲ ਪੁੱਤ ਪਰਾਂ ਤੁਸੀਂ, ਚਲੋ ਚਲੋ ਕਿੱਦਾਂ ਗੇਟ ਦੇ ਗਾੜੀ ਬੈਠੇ ਦਾ ਮਾਰ ਨੂੰ, ਕਾਲੇ ਤੁਹਾਡੀ ਭੈਣ ਨੂੰ ਖਾਚਰੀ ਹੈਂ, ਕਿਹੜੇ ਕਾਲੇ ਨੇ ਦਾ ਮਾਰ ਨੂੰ ਵੇਖੀ। ਚੱਲ ਚੱਲ ਅੰਦਰ ਵੜ ਜਾ, ਤੈਨੂੰ ਦੱਸਾਂ ਤਾਂ ਮੈਂ ਲੰਮੇ ਪਲ ਤੇਰੀ ਭੈਣ ਨੂੰ ਤੇਰੀ, ਚੱਲ ਦਾ ਮਾਰ ਨੂੰ ਕਿੱਡੇ ਕਾਲੇ ਰਹਿੰਦੇ ਵੇ, ਗੇਟ ਦੇ ਗਾੜੀ ਬੈਠੇ ਆ ਹੈਂ। ਮੈਂ ਵੀ ਇੱਕ ਆਹ ਵੇ ਇੱਧਰ ਬੈਠੀ, ਇੱਕ ਵੇਖ ਦਾ ਵੱਜਣ ਦੀ ਤਿਆਰੀ ਹੋਣ ਡੀ। ਲੈ ਵੀ ਅੰਡਾਵਰ ਵੀ ਪਾਸੇ ਕਰਨੀ ਪੈਣੀ ਆ, ਉਹ ਵੀ ਭਾਊ ਬਣਾਉਣੇ ਪਾਉਣਾ ਜਨਰੇਟਰ, ਅਤੇ ਕੱਢਦਾ ਕੱਢਦਾ ਤਾਂ ਜਨਰੇਟਰ 'ਤੇ ਗਾੜੀ ਲੱਗੀ ਡਰਾਈਵਰ, ਹਾਂ ਮੈਂ ਸਾਲੇ ਪਿੰਜਰੇ ਤਾੜ ਦੇਣਾ ਤੈਨੂੰ, ਮੈਂ ਤਾਂ ਗੱਡੀ ਕੱਢਣ ਲੱਗਾ, ਦੱਸਦਾ ਨਹੀਂ ਉਹਦੇ ਗਾੜੀ ਕਿੱਥੇ ਫਿਰਦੇ ਉਹਨਾਂ ਨੇ। ਕੋਕੋ ਆਇਆ ਪੁੱਤ, ਇੱਧਰ ਆ ਇੱਧਰ ਆਇਆ ਆਇਆ ਆਇਆ, ਚੱਲ 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 ਕਰ ਲਓ, ਇਹਨਾਂ ਨੇ ਕੁੱਤਾ ਵੇਖ ਲਿਆ ਬਾਹਰ ਤਾਂ ਭਾਅ ਦੀ ਆਪਣੀ, ਚੱਲ ਤੁਹਾਡੀ ਭੈਣ ਚੱਲ ਚੱਲ ਕੋਕੋ, ਚੱਲ ਚੱਲ ਚੱਲ, ਹਾਂ ਤੈਨੂੰ ਤਾਂ ਸਾਲੇ ਵਜੇ ਦੰਦੀ ਵੀ ਵੱਢਣੀ ਆਉਂਦੀ, ਬੁਰੇ ਹਾਲ ਗੇਟ ਖੋਲ ਦੋ ਉਧਰੇ, ਨਾ ਪੁੱਤ ਨਾ ਇਹ ਕੰਮ ਨੀ ਹੋਣਾ, ਆਜਾ ਇੱਧਰ ਬੰਦੇ ਪੁੱਤਾਂ ਨੂੰ, ਆਜਾ ਆਜਾ
ਚੱਲੀ ਮੰਨਿਆ ਭਾਜੀ ਫਿਰ ਜਿਮ ਜਾਣਾ ਸੀ ਤੇ ਭੁੱਖ ਲੱਗੀ ਤੇ ਆਪਾਂ ਕੇਲਾ ਕੱਟ ਕੇ ਮੈਂ ਖਾ ਲਈਏ ਤੇ ਜ਼ਿਆਦਾ ਖਾ ਲਿਆ ਸ਼ੇਰਾ ਅਸਲ ਦੇ ਵਿੱਚ ਨਾ ਰੋਟੀ ਖਾਣ ਡਿਆ ਸੀ ਉਹਦੇ ਲਈ ਵੇਖ ਕੇ ਕੁੜੇ ਜੀ ਕਰ ਰਿਹਾ ਸੀ ਅਤੇ ਮੈਂ ਹੁਣ ਜੇ ਰੋਟੀ ਖਾ ਲਈ ਜੇ ਚੌਲ ਖਾ ਲਏ ਤੇ ਜਿਮ ਨਹੀਂ ਲੱਗਣਾ ਫਿਰ ਇਹ ਕਰਕੇ ਆਪਾਂ ਕੇਲੇ ਨਾਲ ਸਾਰ ਲਈਏ ਹੁਣ ਓਕੇ ਸਰ ਬਾਕੀ ਮੰਨੇ ਨਾਲ ਕੋਲ ਨਹੀਂ ਰਿਹਾ ਗਿਆ ਨਹੀਂ ਰਿਹਾ ਗਿਆ ਮੰਨੇ ਨਾਲ ਮੰਗਾ ਲਏ ਚੌਲ ਕੜੀ ਦੇ ਨਾਲ ਚੌਲ ਦੇ ਨਾਲ ਲੱਗੇ ਜੇ ਡਾਊਨ ਆਪਾਂ ਤਾਂ ਬਈ ਆ ਕੇ ਖਾਵਾਂਗੇ ਜਿਮ ਤੋਂ ਆ ਕੇ ਚੰਗੀ ਤਰ੍ਹਾਂ ਨਾਲ ਆਂਡੇ ਉਂਡੇ ਪਾਲ ਕੇ ਚੰਗੀ ਤਰ੍ਹਾਂ ਰੀਝ ਨਾਲ ਖਾਵਾਂਗੇ ਆਪਾਂ ਬਾਈ ਉਹਨੂੰ ਫੇਰ ਫੜਾਂਗੇ ਅੱਛਾ ਕੀ ਆ ਦੋਹਰਾ ਕਿਹੜਾ ਮਾਰਦੇ ਬੂਹੇ ਨੇ ਇਹ ਦਾ ਮਾਰ ਨੂੰ ਫਿਰਦੇ ਰਹਿੰਦੇ ਆ ਚੱਲ ਵੀ ਮਿੱਤਰਾ ਚੱਲੀਏ ਜਿਮ ਨੂੰ ਲੋਏ ਲੋਏ ਨਵੇਂ ਵੀਲਾਂ ਵਾਲੀ ਗੱਡੀ ਦੀ ਹੂੜਾ ਮਾੜਾ ਲਈਏ ਹੈ ਜੱਜ ਨੂੰ ਕਰ ਲਾ ਫੋਨ ਦਿਖਾਇਆ ਅੱਡੇ 'ਤੇ ਮੈਂ ਕਰ ਫੋਨ ਚੱਲੀਏ ਬਜਾ ਤੂੰ ਗੱਡੀ ਨੰਦ ਲਊਂਗਾ ਪਿੱਛੇ ਬਹਿ ਕੇ ਮੈਂ ਸਿਰਿਆ ਦੇ ਸਾਥੀ ਨਹੀਂ ਹੈਗੇ ਅੱਜ ਤੂੰ ਉਹਦੇ ਬਾਂਹ ਪਾਈ ਪਈ ਮੰਨੇ ਦੇ ਅੱਜ ਦੇ ਮੰਨਾ ਕੁੜੀ ਆ ਖਟਾ ਜਿਹਾ ਕੀਤਾ ਪਿਆ ਕਿਹਦੇ ਨਾਲ ਲੱਗਾ ਨਾਲ ਦੀ ਆਪਣੀ ਨਾਲ ਕਿਹੜੀ ਨਾ ਤੈਨੂੰ ਕੋ ਦੱਸਾਂ ਕਿਹੜੀ ਨਾ ਤੈਨੂੰ ਕੋ ਦੱਸਾਂ ਸੋਖਾ ਕਿੱਦਾਂ ਇਹ ਆਪਣੀ ਵਾਲੀ ਗੱਲ ਹੀ ਕੋਈ ਨਹੀਂ ਕਰਨ ਦਿਆ ਹੈ ਉਹਨੇ ਕਹਾ ਭਾਈ ਇਹ ਨਵੀਂ ਆ ਕੋਈ ਮੰਨਿਆ ਜਿਹੜੀ ਪੁਰਾਣੀ ਉਹ ਨਹੀਂ ਕਰ ਦਿੰਦੀ ਉਹ ਲਾਈ ਪੈ ਨਹੀਂ ਉਹਨੇ ਹਨਾ ਹੁੰਦਾ ਕਿਹੜੀ ਤਕਨੀਆਂ ਕੀ ਨਵੀਂ ਨੂੰ ਵੀ ਕੋਈ ਨਹੀਂ ਆ ਅੱਛਾ ਨਵੀਂ ਨਹੀਂ ਤੇ ਤੁਸੀਂ ਕਿੱਥੇ ਗਈ ਹੋੜੀ ਇਹ ਉਸਤਾਦ ਜੀ ਆਣੋ ਲੰਘਣ ਦਾ ਦਰਿਆ ਲੰਘਣ ਦੇ ਆ ਜੋਣ ਹੈ ਹਾਂਜੀ ਉਹ ਹਰੀ ਆ ਪਤਨ ਹਾਂਜੀ ਜਾ ਇਧਰੋਂ ਲੰਘਣ ਦੇ ਆਏ ਇਹ ਪਰੇ ਨਹੀਂ ਜਾ ਰਿਹਾ ਇਹ ਲੰਘਣ ਦੇ ਇਧਰੋਂ ਇਹ ਮੰਨੇ ਅੱਜ ਕੰਮ ਖਰਾਬ ਹੋਣ ਦਿਆ ਖਲੋਤੀ ਜਾਵੇ ਆਪਣੀ ਆਪਣੀ ਨਹੀਂ ਆਪਣੇ ਕੋਲ ਥਾਰੀ ਨਹੀਂ ਹੈਗੀ ਆਪਣੇ ਕੋਲ ਹੈ ਨਹੀਂ ਥਾਰੀ ਨਹੀਂ ਆਪਣੇ ਕੋਲ ਥਾਰੀ ਨਹੀਂ ਹੈਗੀ ਤੇ ਉਂਗਲਾਂ ਜਲ ਜਾਣੀਆਂ ਕੁੜੀ ਹੈਗਾ ਅੰਗੂਠੇ ਤੇਰੇ ਉਹ ਬੱਲਾ ਬੱਲਾ ਕਹਿੰਦੇ ਨਵੀਂ ਸਕਾਰਪੀਓ ਇੱਕ ਹੋਰ ਲੈਂਦੀ ਆ ਉਹ ਸ਼ੱਕ ਤੇ ਆਪੇ ਕਰਨਾ ਵਾ ਹੈ ਬਲੈਕ ਕਰਦੇ ਕਿਉਂ ਨਾ ਆਵੇ ਉੱਧਰ ਵੀਲ ਨਵੇਂ ਪਵਾ ਲਿਆ ਇੱਧਰ ਨਵੀਂ ਸਕਾਰਪੀਓ ਲਿਆ ਕੇ ਵੀਲ ਵੀ ਪਵਾ ਲਏ ਆ ਬਹੁਤ ਬਹੁਤ ਮੁਬਾਰਕਾਂ ਕਹਿੰਦੇ ਮੁੰਡੇ ਨੂੰ ਹੈ ਚੁੱਪ ਚੁੱਪੀ ਤੇ ਗੱਡੀਆਂ ਲੈ ਆਉਂਦੇ ਗੱਲ ਕੀ ਆ ਗੱਲ ਕੀ ਰੌਲਾ ਤਾਂ ਵੱਜ ਪੈ ਜਾਂਦਾ ਆਪਾਂ ਕੁਝ ਲਗਾ ਨਹੀਂ ਸਕਦੇ ਆਪਣੇ ਵਲੌਗ ਆ ਸਟੋਰੀਆਂ ਵਾ ਕੀ ਲਗਾਵਾਂਗੇ ਬੜੇ ਪੜਦੇ ਰੱਖੀ ਦੇ ਜਿਹੜੇ ਚਾਬੀ ਵਾਲੀ ਫੋਟੋ ਲਗਾਈ ਦੀਆਂ ਚਾਬੀ ਫੜੀ ਦੀ ਨਹੀਂ ਹੁਣ ਨਹੀਂ ਬਹੁਤ ਬਹੁਤ ਮੁਬਾਰਕਾਂ ਲੈ ਵੀ ਸਾਨੂੰ ਨਾ ਚਲੋ ਸਕਾਰਪੀ ਦੂਜੀ ਵੀ ਆ ਗਈ ਨਵੀਂ ਪਰ ਸਾਨੂੰ ਇਹੋ ਮਾਡਲ ਪਸੰਦ ਆ ਅਸੀਂ ਫਿਰ ਦੁਬਾਰਾ ਨਵੀਂ ਲਿਆਂਦੀ ਇਹੋ ਹੀ ਉਂਗਲਾਂ ਮੋਟੀਆਂ ਤੈਨੂੰ ਉਂਗਲਾਂ ਦਾ ਰੋਣਾ ਲੱਗਣਾ ਕਰ ਦੇਣਾ ਮੈਂ ਇਹਦੀ ਨਾ ਇਹਦੇ ਦੋ ਉਂਗਲਾਂ ਦੇ ਆਏ ਪ੍ਰਿੰਸ ਮੈਂ ਨਹੀਂ ਹੋਇਆ ਕਰਨਾ ਇਹ ਤਾਂ ਹੀ ਕਰਦੇ ਆ ਘਰੋਂ ਫੋਨ ਆਇਆ ਉਹ ਹੈਂਡਲ ਉੱਡਦਾ ਇੱਧਰ ਉਹ ਭਲਾ ਕੀ ਕਹਿਣ ਡਿਆ ਵਾ ਕਹਿੰਦਾ ਹੈਂਡਲ ਨਹੀਂ ਰਿਹਾ ਇੱਧਰ ਆ ਜਾ ਤੂੰ ਗੱਲ ਨਹੀਂ ਮਿਚਰੀ ਸਮਝ ਆਉਂਦੀ ਸਾਰੇ ਇਸ਼ਾਰੇ ਮਾਰਦਾ ਆਪਾਂ ਨੂੰ ਗੱਲਾਂ ਗੱਲਾਂ ਚ ਕਿਉਂਕਿ ਨਹੀਂ ਹੈਂਡਲ ਉੱਡ ਲਈ ਕੁੰਡਾ ਵੇਖੋ ਇੱਧਰ ਤੁਸੀਂ
ਵੈਲਕਮ ਕਹਿੰਦੇ ਨਵੀਂ ਗੱਡੀ ਦੇ ਵਿੱਚ ਆੜੀ ਮਹੀਨਾ ਜਿਹੜੀ ਸਮੈਲ ਆਉਣੀ ਹੈ ਨਾ ਆੜੀ ਲਫਾਫੇ ਵਾਲੀ ਤੇ ਨਵੀਆਂ ਸੀਟਾਂ ਵਾਲੀ ਤੇ ਨਵੀਂ ਹੋਏ ਹੋਏ ਫੀਲਿੰਗ ਹੀ ਹੋਰ ਹੋ ਜਾਂਦੀ ਸਕਰੀਨ ਵੱਡੀ ਨਹੀਂ ਕਰਤੀ ਲੈ ਵੀ ਮਿੱਤਰਾ ਇਹਦੇ ਕਰਮਾਂ ਚ ਨੀ ਵਾਂਡੇ ਛਾਂਡੇ ਹੈ ਮੇਰੇ ਮੁੰਡੇ ਨੇ ਸ਼ੇਰ ਨੂੰ ਖਵਾ ਦੀ ਉਹ ਨਹੀਂ ਖਾਂਦਾ ਇੱਕ ਦਿਨ ਭੁਲੇਖੇ ਨਾਲ ਮੀਟ ਖਾਣੇ ਲੱਗਾ ਸੀ ਖਵਾ ਦਿਆ ਕਰੋ ਪੈਸੇ ਆ ਕੇ ਕੱਢਦਾ ਨੀ ਕੱਢਦਾ ਨੀ ਮਿੱਤਰਾ ਡਾਇਟ ਸ਼ਾਇਟ ਬਣਾ ਕੇ ਖਾਈਏ ਲੈ ਵੀ ਲੱਗਦਾ ਸਰਪੰਚ ਹੋਣੀ ਆ ਗਏ ਸ਼ੈਪਲ ਗੈਂਗ ਪਹੁੰਚ ਗਈ ਸ਼ੈਪਲ ਗੈਂਗ ਹੈ ਦੱਸਦਾ ਨੀ ਸਰਪੰਚ ਨੇ ਬੜੀ ਖਿੱਚੀ ਆਉਂਦੇ ਸੀ ਤੁਸੀਂ ਦੇਖਿਆ ਨੀ ਅਸੀਂ ਨਵੀਂ ਗੱਡੀ ਲਈ ਮੈਂ ਨੀਰ ਜਾਦੀ ਉਹਨੂੰ ਨੀ ਸੌਣ ਲੱਗਾ ਅਸੀਂ ਨਵੀਂ ਸਕੋਰਪੀਓ ਤੇ ਅੱਜ ਨਵੀਂ ਸਕੋਰਪੀਓ ਤੇ ਅਸੀਂ ਹਰਮਨ ਲਈ ਸਕੋਰਪੀਓ ਇੱਕ ਗੱਡੀ ਹੋਰ ਹੋ ਗਈ ਆਪਣੇ ਕੋਲ ਹੈ ਜਾਂ ਮੰਨੇ ਬਲੀ ਹਾਂ ਬੁਰੀ ਨੀ ਆ ਬੁਰੀ ਕਿੱਥੇ ਨਹੀਂ ਗੁਰੀ ਤੇਰੇ ਨਾਲ ਗਿਆ ਨੀ ਗੱਲ ਹੈ ਆ ਗਿਆ ਸ਼ਾਮੀ ਇੱਥੇ ਕਿੱਦਾਂ ਗੁੱਸਾ ਨੀ ਕਰਨ ਦਿੰਦੇ ਅੱਜ ਬੜਾ ਵਰਿਆ ਮੰਨੇ ਤੇ ਮੰਨੇ ਤੇ ਬੋਲਣ ਲੱਗਾ ਅੱਜ ਤੇ ਮੰਨੇ ਤੇ ਲੱਗ ਮੰਨੇ ਤੋਂ ਲੱਤ ਨੀ ਲਾਈ ਇਹਨਾਂ ਨੇ ਬਸ ਨੀ ਚੱਲਿਆ ਅੱਜ ਕੁੜੀ ਦੇ ਸਿਰ ਤੇ ਮੈਂ ਨਾ ਗੱਲਾਂ ਸਵੇਰ ਦੀਆਂ ਆਉਂਦੀਆਂ ਅੱਜ ਗੁਰੂਆ ਨਹੀਂ ਕਿੱਦਾਂ ਇੱਧਰ ਜਿਮ ਫੁੱਲ ਆ ਗਿਆ ਅੱਜ ਤੇ ਅੱਜ ਰੱਖ ਕੇ ਨਾ ਡੰਡ ਅਸੀਂ ਕਦੀ ਅਸੀਂ ਨੀ ਮਾਰੇ ਉਹ ਡੰਡੇ ਰੱਖ ਕੇ ਨਾ ਜਿਹੜੇ ਡੰਡੇ ਫੜਨਾ ਹੁੰਦੇ ਆ ਰੋਟੀ ਖਾਣੀ ਮੈਨੂੰ ਅੱਜ ਨਾ ਸਵੇਰੇ ਸੈਰ ਕਰਨ ਕਹਿੰਦੇ ਮੈਨੂੰ ਖਾਵੇ ਮਸਾਂ ਮੇਰੇ ਅਜੇ ਵੀ ਹੈਗੇ ਆ ਤੇ ਮੈਂ ਵੀ ਲੱਗ ਗਿਆ ਹਾਂ ਸ਼ਰੀਰ ਤੇਰਾ ਸਰੀਰ ਪੂਰਾ ਟੈਟ ਆ ਮੈਂ ਸਾਲਾ ਲੌਸ ਮੁੜ ਜੀ ਮੈਂ ਇਕੱਲਾ ਸੈਰ ਕਰੀ ਜਾਵਾਂ ਓਏ ਆਂਡੇ ਬਾਲੀ ਜਰੋ ਯਾਰ ਭੁੱਖ ਨਹੀਂ ਲੱਗੀ ਰੋਟੀ ਪਾਣੀ ਛਕ ਲਿਆ ਲੀੜਾ ਮਾਰ ਲਈਆਂ ਸੀ ਮੈਂ ਸੈਰ ਕਰਕੇ ਆਉਂਦੇ ਸੈਰ ਕਰਦੇ ਕਰਦੇ ਨਾਲੇ ਕੋਈ ਗੱਲਬਾਤ ਕਰ ਲੈਂਦੇ ਹੈਂ
ਉੱਧਰ ਗਏ ਕੇ ਜਾਣ ਦਾ ਨਾਂ ਨਹੀਂ ਲੈਣੀ ਅਤੇ ਸਵੇਰੇ ਇਹਨਾਂ ਨੇ ਆਉਣ ਦਾ ਨਾਂ ਨਹੀਂ ਲੈਣਾ ਹੈਂ ਕੀ ਕਹਿੰਦਾ ਅਤੇ ਗੱਲ ਇੱਦਾਂ ਮੈਂ ਕਮੈਂਟ ਪੜ੍ਹਨ ਲਿਆ ਰੋਟੀ ਖਾਂਦਾ ਖਾਂਦਾ ਅਤੇ ਕਾਫੀ ਸਾਰੇ ਕਮੈਂਟ ਮੈਂ ਸਕਰੀਨਸ਼ੋਟ ਮਾਰੇ ਅੱਜ ਮੈਂ ਚਲੋ ਗੱਲਬਾਤ ਕਰਦੇ ਹਾਂ ਗੱਲਬਾਤ ਇਹ ਹੈ ਜਾਣੇ ਕਿ ਦਾ ਕਮੈਂਟ ਆਇਆ ਕਹਿੰਦਾ ਕਿ ਤੇਰੇ ਬਾਰੇ ਜਿਨ੍ਹਾਂ ਯਾਰਾਂ ਦੋਸਤਾਂ ਨੂੰ ਸਪੋਰਟ ਕੀਤੀ ਹੈ ਨਾ ਅੱਗੇ ਲੈ ਕੇ ਉਹਨਾਂ 'ਚ ਕੁਛ ਬੰਦਿਆਂ ਨੇ ਤੇਰੇ ਬਾਰੇ ਮਾੜਾ ਚੰਗਾ ਬੋਲਦੇ ਅਤੇ ਫਰਸਟ੍ਰੇਟ ਨਹੀਂ ਹੁੰਦਾ ਜਾਣ ਕਦੀ ਇਹ ਚੀਜ਼ ਸੋਚੀ ਨਹੀਂ ਹੈ ਕਿ ਉਹ ਇੱਦਾਂ ਬੋਲਦੇ ਮੈਂ ਉਹਨਾਂ ਨਾਲ ਜਵਾਬ ਦੇਵਾਂ ਜੇ ਉਹ ਮੂਰਖ ਹੈ ਤਾਂ ਮੈਂ ਮੂਰਖ ਥੋੜ੍ਹੀ ਬਣਨਾ ਜਿਹੜੇ ਬੰਦੇ ਨਾਲ ਭੱਥੀ ਪੜ ਕੇ ਤਾਂ ਲਿਆਂਦਾ ਹੋਵੇ ਨਾ ਉਹਨਾਂ ਦਾ ਮਾੜਾ ਨਹੀਂ ਕਰੀਦਾ ਹੈ ਨਾ ਰੱਬ ਉਹਨਾਂ ਨੂੰ ਮੱਤ ਬਖਸ਼ੇ ਮੈਨੂੰ ਮਾੜਾ ਬੋਲ ਕੇ ਮੇਰੇ ਬਾਰੇ ਮਾੜਾ ਸੋਚ ਕੇ ਕਿਹੜਾ ਭਾਰ ਢਾ ਲਿਆ ਉਹਨਾਂ ਨੇ ਹੈ ਨਾ ਤਾਂ ਕਰਕੇ ਆਪਾਂ ਉਹ ਚੀਜ਼ ਸੋਚਣੀ ਨਹੀਂ ਆ ਦਿਮਾਗ 'ਚ ਵੀ ਨਹੀਂ ਲਿਆਉਣੀ ਹੈ ਨਾ ਬਸ ਆਪਾਂ ਸਪੋਰਟ ਕੀਤੀ ਹੈ ਦਿਲੋਂ ਕੀਤੀ ਆ ਹੈ ਨਾ ਅਤੇ ਕਿਉਂਕਿ ਜਿਹੜੀ ਚੀਜ਼ ਨੂੰ ਆਪਾਂ ਹੱਥੀਂ ਪਾ ਲਿਆ ਹੋਵੇ ਤਾਂ ਉਹ ਚੀਜ਼ ਨੂੰ ਕਿੱਦਾਂ ਮਾਰ ਸਕਦੇ ਹਾਂ ਆਪਾਂ ਇਹ ਸੋਚ ਰੱਖੀ ਦੀ ਆ ਤਾਂ ਕਰਕੇ ਉਹ ਇਗਨੋਰ ਕਰ ਦਈਦਾ ਕਿ ਚੱਲ ਕੋਈ ਨਹੀਂ ਹੈ ਨਾ ਕਿਉਂਕਿ ਅੱਗੇ ਵੀ ਮੈਂ ਕਈ ਲੋਕਾਂ ਦੀ ਗੱਲ ਕਰਦਾ ਨਾ ਕਿ ਭੌਂਕ ਭਾਂਕ ਕੇ ਇੱਕ ਦਿਨ ਕੋਈ ਭੌਂਕੂ ਦੋ ਦਿਨ ਭੌਂਕੂ ਚਾਰ ਪੰਜ ਹਫ਼ਤਾ ਭੌਂਕ ਲੂਗਾ ਉਸ ਤੋਂ ਬਾਅਦ ਹਟ ਜਾਣਾ ਹੈ ਨਾ ਆਪਾਂ ਉਹ ਚੀਜ਼ ਦੀ ਬਿਡ ਕਰਦੀ ਕਿ ਚੱਲ ਭੌਂਕ ਲਿਆ ਬਸ ਹੋ ਗਈ ਚੱਲ ਠੀਕ ਹੈ ਬਹਿ ਜਾ ਠੰਡਾ ਹੋ ਗਈ ਸਾਨੂੰ ਆਪਣਾ ਕੰਮ ਕਰਨ ਦੇ ਜੇ ਆਪਾਂ ਉਹਨਾਂ ਨਾਲ ਲੜੀ ਜਾਵਾਂਗੇ ਉਹ ਛੱਡੋ ਹੋਰ ਵੀ ਕੋਈ ਬੰਦਾ ਆਪਣੇ ਨੈੱਟ 'ਤੇ ਆਪਣੇ ਬਾਰੇ ਬੋਲਦਾ ਨਾ ਉਹਨੂੰ ਜਵਾਬ ਦੇਣਾ ਬਣਦਾ ਹੀ ਨਹੀਂ ਆ ਇੱਥੇ ਤੁਰੇ ਫਿਰਦੇ ਹਾਂ ਪਿੰਡ ਕਿਹਨੂੰ ਨਹੀਂ ਪਤਾ ਹੈ ਨਾ ਜੇ ਕਿਸੇ ਦੇ ਮਨ 'ਚ ਗੱਲ ਹੈ ਤਾਂ ਬੰਦਾ ਪਿੰਡ ਆ ਕਰ ਲਏ ਇਹ ਨੈੱਟ 'ਤੇ ਇੱਕ ਦੂਜੇ ਨੂੰ ਬੋਲਣ ਦਾ ਕੰਮ ਹੁੰਦਾ ਕਿ ਵਿਊ ਗੇਨ ਕਰਨੇ ਅਤੇ ਫੋਲੋਵਰ ਆਉਣੇ ਨਿਗਾਹ 'ਚ ਆਉਣਾ ਚਰਚਾ 'ਚ ਆਉਣਾ ਉਹ ਚੀਜ਼ਾਂ ਵਾਸਤੇ ਕੁਛ ਲੋਕ ਇਹ ਕੰਮ ਕਰਦੇ ਆ ਕਈਆਂ ਦਾ ਉੱਦਾਂ ਹੀ ਚੀਜ਼ਾਂ ਗੱਲ ਪੈ ਜਾਂਦੀਆਂ ਉਹ ਬਿਨਾਂ ਗੱਲ ਤੋਂ ਮੁੱਦਾ ਜਿਹਾ ਭੱਖ ਜਾਂਦਾ ਉਹ ਫਿਰ ਕਲੰਕ ਲੱਗਣਾ ਹੁੰਦਾ ਕਿ ਸ਼ਾਇਦ ਆਪ ਇਹੋ ਜਿਹੇ ਕੰਮ ਕਰਦੇ ਆ ਹੈ ਨਾ ਕਿਉਂਕਿ ਸੋਚ ਆ ਤੁਸੀਂ ਭਾਵੇਂ ਚੰਗਾ ਵੀ ਕਰ ਲਓ ਜਿਹਨੇ ਤੁਹਾਨੂੰ ਮਾੜਾ ਕਹਿਣਾ ਉਹਨੇ ਕਹਿ ਹੀ ਜਾਣਾ ਹੈ ਨਾ ਇਹ ਕਰਕੇ ਆਪਣਾ ਕੰਮ ਕਰੋ ਸਵਾਦ ਲਓ ਕਿਸੇ ਦੀ ਜ਼ਿੰਦਗੀ ਤੋਂ ਲੈਣਾ ਦੇਣਾ ਨਾ ਰੱਖੋ ਆਪਣੇ ਤੱਕ ਰਹੋ ਬਸ ਹੈ ਨਾ ਸੀਮ ਤਾਂ ਫਿਰ ਜ਼ਿੰਦਗੀ ਸੋਹਣੀ ਆ ਜੇ ਆਪਾਂ ਦੂਜਿਆਂ ਜ਼ਿੰਦਗੀ 'ਚ ਆਕਾਂਗੇ ਉਹਨੇ ਗੱਡੀ ਕਿੱਥੋਂ ਲੈਂਦੀ ਆ ਉਹ ਘਰ ਕਿੱਥੋਂ ਪਾਉਣ ਡਿਆ ਅਤੇ ਆਪਾਂ ਉਹਦੇ ਬਾਰੇ ਸੋਚਦੇ ਰਹਿਣਾ ਤਾਂ ਅਗਲੇ ਨੂੰ ਤਰੱਕੀ ਕਰਕੇ ਗਾਂਹ ਦੀ ਗਾਂਹ ਨਿਕਲ ਜਾਣਾ ਇੱਕ ਹੋਰ ਇਹ ਤੋਂ ਬਾਅਦ ਮੈਂ ਕਮੈਂਟ ਕਾਫੀ ਕਮੈਂਟ ਦੇ ਸਕਰੀਨ ਛੋੜੇ ਕਮੈਂਟ ਦਾ ਰਿਪਲਾਈ ਕਰਾਂ ਦੇ ਇੱਕ ਦੋ ਦੋ ਮਿੰਟ ਦੀ ਕਲਿੱਪਾਂ ਬਣ ਜਾਂਦੀਆਂ ਨਾ ਫਿਰ ਤਾਂ ਬਲੌਗ ਬਾਹਲਾ ਲੰਬਾ ਹੋ ਜਾਂਦਾ ਤਾਂ ਕਰਕੇ ਸਾਰਾ ਦਿਨ ਫਨ ਸ਼ਾਂਜੀ ਕੱਢ ਦਈਦਾ ਪਰ ਕੁਝ ਕਮੈਂਟ ਇਹੋ ਜਿਹੇ ਜਿਹਨਾਂ ਦਾ ਰਿਪਲਾਈ ਕਰਨਾ ਜ਼ਰੂਰੀ ਜਿਹਨਾਂ ਤੋਂ ਕਿਸੇ ਨਾ ਕਿਸੇ ਨੂੰ ਕੋਈ ਨਾ ਕੋਈ ਸਿੱਖਿਆ ਮਿਲ ਜਾਂਦੀ ਉਹ ਕਮੈਂਟ ਮੈਂ ਜ਼ਰੂਰ ਪੜ੍ਹ ਦਿੰਦਾ ਪਰ ਵਿੱਚ ਕੁਝ ਇਹੋ ਜਿਹੇ ਕਮੈਂਟ ਵੀ ਹੁੰਦੇ ਜਿੱਦਾਂ ਕਈ ਵੀਰ ਪੁੱਛਦੇ ਮਹੀਨੇ ਦਾ ਖਰਚਾ ਕਰਨਾ ਜਾਂ ਕਦੀ ਵੇਖਿਆ ਨਹੀਂ ਸਹੀ ਗੱਲ ਦੱਸਾਂ ਤਾਂ ਉਹ ਮਾਲਕ ਦੇਈ ਜਾਂਦਾ ਅਤੇ ਆਪਾਂ ਖਰਚੀ ਜਾਂਦੇ ਹਾਂ ਹੈ ਨਾ ਜਿੰਨੇ ਕੁ ਪੈਸੇ ਹੁੰਦੇ ਉਨੇ ਕੁ ਉਸ ਹਿਸਾਬ ਨਾਲ ਖਰਚਾ ਕਰ ਲਈਦਾ ਕੋਈ ਜ਼ਰੂਰੀ ਨਹੀਂ ਹੁਣ ਪਿੱਛੇ ਜੇ ਪੈਸੇ ਹੈਗੇ ਹੀ ਸ਼ੋਪਿੰਗ ਸ਼ਾਪਿੰਗ ਕਰ ਲਈ ਤਾਂ ਹੁਣ ਸ਼ੋਪਿੰਗ ਘੱਟ ਕਰੀਦੀ ਆ ਹੈ ਨਾ ਇੱਦਾਂ ਹੁੰਦਾ ਕਿ ਉਹ ਮਾਲਕ ਦੇਈ ਜਾਂਦਾ ਵਰਤੀ ਜਾਣ ਡੇ ਹੈ ਨਾ ਇੱਦਾਂ ਲੰਘੀ ਜਾਂਦਾ ਟਾਈਮ ਤਾਂ ਹੀ ਮਤਲਬ ਕਿ ਹੁਣ ਘਰ ਦਾ ਕੰਮ ਥੋੜ੍ਹਾ ਜਿਹਾ ਬੰਦ ਕਰਾਇਆ ਸੀ ਹੈ ਨਾ ਵੀ ਗਾੜੀ ਕੰਮ ਹੋਣਾ ਹੁਣ ਲੱਕੜ ਦਾ ਪੱਥਰ ਪੁੱਥਰ ਦਾ ਅਤੇ ਉਹਦੇ ਕਰਕੇ ਥੋੜ੍ਹੇ ਜਿਹੇ ਮੈਂ ਪੈਸੇ ਹੱਥ 'ਚ ਕਰ ਲਈਏ ਫਿਰ ਕੰਮ ਹੋਊਗਾ ਨਾਲੇ ਘਰਾਂ ਕੀ ਘਰ ਆ ਇੱਥੇ ਤੁਹਾਨੂੰ ਪਤਾ ਜੱਟਾਂ ਦੇ ਕੰਮ ਇੱਦਾਂ ਚੱਲਦੇ ਆ ਹੈ ਨਾ ਫਸਲਾਂ ਦੇ ਪੈਸੇ ਆਉਣੇ ਹੁੰਦੇ ਠੇਕੇ ਦੇ ਪੈਸੇ ਆਉਣੇ ਹੁੰਦੇ ਆ ਇੱਦਾਂ ਹੀ ਕੰਮ ਚੱਲਦੇ ਆ ਜਾਂ ਜਿਹੜੇ ਬੰਦਾ ਜਿਹੜਾ ਕੰਮ ਕਰਦਾ ਥੋੜ੍ਹੇ ਪੈਸੇ ਬੰਦੇ ਦੇ ਹੱਥ 'ਚ ਹੋਣ ਅਤੇ ਫਿਰ ਯਾਰ ਸੇਵਿੰਗ ਸੂਵਿੰਗ ਤੁਹਾਨੂੰ ਪਤਾ ਕਿੱਥੇ ਹੁੰਦੀ ਆ ਔਖਾ ਇਹ ਕੰਮ ਆਪਣਾ ਸੇਵਿੰਗ ਸੂਵਿੰਗ ਵਾਲਾ ਉੱਧਰ ਤੁਸੀਂ ਗੱਲਾਂ ਸੁਣੋ ਮਾੜੀਆਂ ਕਿਹੜੀਆਂ ਹੁੰਦੀਆਂ ਵੇਖਿਓ ਭਜਾਉਣ ਦੀਆਂ ਗੱਲਾਂ ਹੁੰਦੀਆਂ ਵੀਰ ਜੀ ਇਹ ਬੜੀ ਗਲਤ ਗੱਲ ਜੇ ਹੁਣ ਕੁੜੀ ਆਉਂਦੀ ਰਾਜ ਨਾ ਮੂੰਹ ਤੁਹਾਡਾ ਕਿਸੇ ਦਾ ਹੁਣ ਦਿਖਣ ਡਿਆ ਹੈ ਦੱਸਦੇ ਨੀ ਜੇ
ਵੀਰ ਜੀ ਮੇਰੇ ਤੇ ਰਹਿਮ ਕਰੋ, ਮਾੜੀ ਮੋਟੀ ਮਰੀਜ਼ ਤੇ ਬਣ ਲੱਗਦੀ ਆ, ਫਿਰ ਭਾਂਡ ਜਿਹਾ ਵਾੜ ਦਿਓ ਕਿਤੇ, ਹੈਂ ਕਲੰਕ ਮੇਰੇ ਤੇ ਲੱਗਣਾ ਜਿਹੜਾ ਮਰਜ਼ੀ ਕੋਈ ਪੁੱਠਾ ਕਿਸੇ ਦਾ ਕੰਮ ਕਰ ਆਵੇ, ਉਹਨਾਂ ਇਹੋ ਕਰਨਾ ਢਿੱਲੋ ਦੇ ਬੰਦੇ ਸੀ ਨਹੀਂ, ਅੱਜ ਸ਼ੇਰਾ ਪੂਰੀ ਫੋਨ ਦੇ ਵਿੱਚ ਸੀ ਚੱਲੇ ਜੇ ਚੱਲ ਜਾਓ ਟਾਈਮ ਸਿਰ ਫਿਰ ਆਓਗੇ ਦੱਸਦੇ ਨੀ ਚੰਗਾ ਵੀ ਮਿੱਤਰੋ ਫਿਰ ਮਿਲਦੇ ਹਾਂ ਸਵੇਰੇ ਨਵੇਂ ਵਲੋਗ ਦੇ ਨਾਲ ਸਵੇਰੇ ਰਾਣੀ ਸੁੰਦਰਾ ਦੀ ਇੰਸ਼ੋਰੈਂਸ ਕਰਾਉਂਦੇ ਸਰ ਸੁਰਤ ਜੇ ਹੋ ਗਈ ਹਨਾ ਹਰਮਨ ਵਾਲੀ ਗੱਡੀ ਸਵੇਰੇ ਲੈ ਕੇ ਜਾਣੀ ਆ ਉੱਤੇ ਹੂੜਾ ਮਾੜਾ ਲੈ ਕੇ ਵੇਨੇ ਹਨਾ ਇੱਕ ਗੱਡੀ ਹੋਰ ਹੋ ਗਈ ਚਲੋ ਖੁਸ਼ੀ ਹੁੰਦੀ ਆ ਜਦੋਂ ਕੋਈ ਯਾਰ ਮਿੱਤਰ ਗੱਡੀ ਲੈਂਦਾ ਚਲੋ ਉਹਦੇ ਕੋਲ ਪਹਿਲਾਂ ਵੀ ਹੈਗੀ ਹੁਣ ਪਰ ਨਵੇਂ ਮਾਡਲ ਦੀ ਲਈ ਅਤੇ ਉਹਦੀ ਫੀਲਿੰਗ ਹੀ ਹੋਰ ਹੁੰਦੀ ਹਨਾ ਜਦੋਂ ਕੋਈ ਯਾਰ ਦੋਸਤ ਕੋਈ ਚੀਜ਼ ਆਉਂਦੀ ਕਿਉਂਕਿ ਸੌਖੀ ਹੋਊਗਾ ਆਪਾਂ ਨੂੰ ਤਾਂ ਹਨਾ ਕੱਲ੍ਹ ਨੂੰ ਕਿਤੇ ਲੋੜ ਪੈ ਜੇ ਕਿਤੇ ਫੋਟੋ ਫੋਟੋ ਖਿੱਚਣੀ ਹੋਵੇ ਕਿਤੇ ਆਉਣਾ ਜਾਣਾ ਹੋਵੇ ਹਨਾ ਰੱਬ ਜਿੰਨੇ ਆਪਣੇ ਯਾਰ ਦੋਸਤ ਉਹਨਾਂ ਦੀ ਸੁੱਖ ਹੀ ਮੰਗਿਆ ਕਰੋ ਮੈਂ ਨੇੜੇ ਤੇ ਕਿਹਨਾਂ ਵੀਡੀਓ ਵੇਖਦਾ ਹੁੰਦਾ ਕਈ ਬੰਦੇ ਇਹੋ ਜਿਹੇ ਆਪਾਂ ਜਾਣਦੇ ਨਹੀਂ ਹੁੰਦੇ ਫਿਰ ਵੀ ਕਿਹਨਾਂ ਵੀਡੀਓ ਵੇਖ ਕੇ ਜਦੋਂ ਜਿਮ ਜੁੰਮ ਵਾਲੀ ਵੀਡੀਓ ਹੋਣ ਜਾਂ ਕਿਸੇ ਮੁੰਡੇ ਨੇ ਨੇੜੇ ਤੇ ਵੀ ਇੱਦਾਂ ਵੀਡੀਓ ਪਾਈ ਦੀ ਗੱਡੀ ਉੱਡਣ ਮਿਲੀ ਹੁੰਦੀ ਆ ਮੈਂ ਜਾਣਦਾ ਹੁੰਦਾ ਤਾਂ ਵੀ ਮੇਰੇ ਮੂੰਹ 'ਚੋਂ ਨਿਕਲਦਾ ਹੁੰਦਾ ਕਿ ਵਾਹਿਗੁਰੂ ਮਿਹਰ ਕਰੀ ਯਾਰ ਇਹ ਹੋਰ ਤਰੱਕੀ ਕਰੇ ਹੈ ਨਾ ਇੱਦਾਂ ਦੀ ਚੀਜ਼ ਨਿਕਲਦੀ ਮੂੰਹ 'ਚੋਂ ਕਦੀ ਵੀ ਕਿਸੇ ਦੇ ਚੀਜ਼ ਵੇਖ ਕਦੀ ਵੀ ਨਹੀਂ ਕਹਿਣਾ ਕਿਹਨੇ ਕਿੱਥੋਂ ਲੈ ਲਈ ਆ ਹਮੇਸ਼ਾ ਅਗਲੇ ਦੀ ਸੁੱਖ ਮੰਗੋ ਤੁਹਾਨੂੰ ਰੱਬ ਵੀ ਤੁਹਾਨੂੰ ਉੱਤੋਂ ਜ਼ਿਆਦਾ ਦਊਗਾ ਹੈ ਨਾ ਕਿਸੇ ਵੱਲ ਵੇਖ ਕੇ ਦੁਖੀ ਨਹੀਂ ਹੋਣਾ ਹਮੇਸ਼ਾ ਆਪਣੇ ਮੂੰਹ 'ਚੋਂ ਚੰਗੇ ਸ਼ਬਦ ਕੱਢਣੇ ਪੋਜ਼ਿਟਿਵ ਸ਼ਬਦ ਹੀ ਕੱਢਣੇ ਆ ਕਦੀ ਕਿਸੇ ਲਈ ਮਾੜਾ ਨਹੀਂ ਸੋਚਣਾ ਤੁਹਾਡਾ ਰੱਬ ਕਦੀ ਮਾੜਾ ਨਹੀਂ ਹੋਣ ਦਊਗਾ ਇਹ ਮੇਰੀਆਂ ਪਰਪਾਈਆਂ ਹੀ ਗੱਲਾਂ ਜਾਣ ਮੇਰੀ ਅਤੇ ਬਾਕੀ ਕਬੀਰ ਪੁੱਛਣ ਡਿਆ ਸੀ ਕਿ ਜਿਮ ਕਿਹੜੀ ਉਮਰ 'ਚ ਸ਼ੁਰੂ ਕਰਨਾ ਚਾਹੀਦਾ ਜਾਣ ਮਿਹਨਤ ਕਰਨ ਦੀ ਕੋਈ ਉਮਰ ਨਹੀਂ ਹੁੰਦੀ ਮਿਹਨਤ ਦਾ ਫਲ ਤੁਹਾਨੂੰ ਮਿਲਣਾ ਹੀ ਮਿਲਣਾ ਭਾਵੇਂ ਉਹ ਕਿਸੇ ਰੂਪ 'ਚ ਵੀ ਮਿਲ ਜੇ ਮੇਰੀ ਪਰਤਾਈ ਹੋਈ ਗੱਲ ਆ ਮੈਂ 2010-11-12 ਵਿੱਚ ਗੇਮ ਕਰਦਾ ਵਾਲੀਬਾਲ ਦੀ ਬਹੁਤ ਮਿਹਨਤ ਕਰਦਾ ਸੀ ਮੈਂ ਕਿ ਉਦੋਂ ਮੈਂ ਮਿਹਨਤ ਕਰਦਾ ਮੈਂ ਆਰਮੀ 'ਚ ਭਰਤੀ ਹੋਣਾ ਮੈਂ ਭਰਤੀ ਹੋਣਾ ਅਤੇ 12-13 ਦੇ ਵਿੱਚ ਮੈਨੂੰ ਗੇਮ ਛੱਡਣੀ ਪੈ ਗਈ ਘਰ ਦੀਆਂ 100 ਮਜ਼ਬੂਰੀਆਂ ਹੁੰਦੀਆਂ ਬੰਦੇ ਦੀਆਂ ਹੈ ਨਾ ਆ ਕੇ ਆਪਣੀ ਵਾਹੀ ਵੂਹੀ ਕਰਨ ਲੱਗ ਪਿਆ 2-3 ਸਾਲ ਵਾਹੀ ਕੀਤੀ ਉਸ ਤੋਂ ਬਾਅਦ ਵਾਹੀ ਕਰਦਿਆਂ ਭਰਤੀ ਆਈ ਪੰਜਾਬ ਪੁਲਿਸ ਦੀ ਅਤੇ ਇੱਥੇ ਮੁੰਡਾ ਆਉਂਦਾ ਹੁੰਦਾ ਇੱਕ ਤੁਹਾਨੂੰ ਜਿੱਦਣ ਕਿਤੇ ਹੁਣ ਆਇਆ ਤੁਹਾਨੂੰ ਉਹਦੇ ਵੀ ਰੂਬਰੂ ਕਰਾਊਂਗਾ ਅੱਗੇ ਵੀ ਸ਼ਾਇਦ ਇੱਕ ਵਲੋਗ 'ਚ ਮੈਂ ਕਲਿੱਪ ਪਾਈ ਸੀ ਕਈ ਹੁਣ ਪਿਛਲੇ ਜਿਹੜੇ ਵਲੋਗ ਨਹੀਂ ਵੇਖੇ ਨਵੇਂ ਵੀਰ ਆਪਣੇ ਜੁੜੇ ਹੈ ਨਾ ਅਤੇ ਉਹ ਬੰਦਾ ਮੈਨੂੰ ਕਹਿੰਦਾ ਆਪਾਂ ਭਰਤੀ ਦੇ ਫਾਰਮ ਭਰੀਏ ਮੈਂ ਹਾਂ ਛੱਡ ਪਰਾਂ ਯਾਰ ਆਪਾਂ ਕਿੱਥੋਂ ਹੋਇਆ ਜਾਣਾ ਹੌਸਲਾ ਛੱਡ ਕੇ ਬੈਠਾ ਸੀ ਚੱਲ ਵਾਈ ਵੂਈ ਕਰਨ ਦੇ ਆਪਾਂ ਵਧੀਆ ਚੱਲਣ ਡਿਆ ਰੋਟੀ ਫੁਲਕਾ ਫਾਰਮ ਭਰੇ ਭਰਤੀ ਵੇਖੀ ਭਰਤੀ ਹੋ ਗਿਆ ਕਿ ਮਿਹਨਤ ਦਾ ਫਲ ਕਿਸੇ ਰੂਪ 'ਚ ਹੀ ਆਪਾਂ ਨੂੰ ਮਿਲ ਸਕਦਾ 2011-12 'ਚ ਮਿਹਨਤ ਕਰਦਾ 3-4 ਸਾਲ 'ਚ ਗੈਪ ਪੈ ਗਿਆ ਸਬੱਬ ਬਣਿਆ ਭਰਤੀ ਹੋ ਗਿਆ ਪੰਜਾਬ ਪੁਲਿਸ 'ਚ ਹੈ ਨਾ ਅਤੇ ਇਹ ਹੈ ਕਿ ਮਿਹਨਤ ਦੀ ਕੋਈ ਉਮਰ ਨਹੀਂ ਹੈ ਜੇ ਤੁਹਾਨੂੰ ਜਿੰਮ ਲਾਉਣ ਦਾ ਜੀ ਕਰਦਾ ਜਾਂ ਸਰੀਰ ਨੂੰ ਫਿੱਟ ਰੱਖਣਾ ਜ਼ਰੂਰੀ ਨਹੀਂ ਜਿੰਮ ਲਾ ਕੇ ਰੱਖਿਆ ਜਾਂਦਾ ਗਰਾਊਂਡ ਵਰਕ ਕਰ ਲਓ ਹੈ ਨਾ ਜੇ ਤੁਹਾਨੂੰ ਲੱਗਦਾ ਹਾਈਟ ਰੁਕਦੀ ਆ ਬਾਕੀ ਇਹ ਗੱਲ ਆ ਕਿ ਜਾਣ ਮੇਰੀ ਰੱਬ ਨੇ ਜਿਹੜੇ ਆਪਣੇ ਕਰਮਾਂ 'ਚ ਆਪਣੀ ਚੀਜ਼ ਲਿਖਦੀ ਆ ਉਹ ਆਪਾਂ ਨੂੰ ਮਿਲਣੀ ਮਿਲਣੀ ਜਿਹੜੇ ਤੁਹਾਡੇ ਕਰਮਾਂ ਦੇ ਵਿੱਚ ਤੁਹਾਡੀ 6 ਫੁੱਟ ਹਾਈਟ ਲਿਖੀ ਆ ਜੋ ਮਰਜ਼ੀ ਤੁਸੀਂ ਕਰੀ ਜਾਓ ਉਹ ਉਨੀ ਹਾਈਟ ਹੋ ਕੇ ਹੀ ਰਹਿਣੀ ਆ ਹੈ ਨਾ ਕਿਉਂਕਿ ਜਿਹੜੇ ਮਲਕ ਨੇ ਆਪਾਂ ਨੂੰ ਭੇਜਿਆ ਉਹਦੀ ਗਾੜੀ ਕਿਸੇ ਦਾ ਵੱਸ ਨਹੀਂ ਚੱਲਦਾ ਉਹਦੇ ਗਾੜੀ ਅਰਦਾਸ ਬੇਨਤੀ ਕਰੋ ਕਿ ਜੇ ਆਪਣੀ ਹਾਈਟ ਉਹਨੇ ਘੱਟ ਵੀ ਲਿਖੀ ਹੋਊਗੀ ਉਹ ਵੀ ਵਧਾ ਦੂਗਾ ਕਿਉਂਕਿ ਬਣਾਇਆ ਆਪਾਂ ਨੂੰ ਉਹਨੇ ਆ ਇਹ ਚੀਜ਼ ਆਪਾਂ ਭੁੱਲ ਜਾਂਦੇ ਹਾਂ ਹੈ ਨਾ ਬੰਦਾ ਬੰਦੇ ਨੂੰ ਇੱਥੇ ਬੰਦਾ ਨਹੀਂ ਸਮਝਦਾ ਅਤੇ ਉਹ ਤਾਂ ਫਿਰ ਰੱਬ ਆ ਹੈ ਨਾ ਉਹਦੇ ਗਾੜੀ ਕਿਹੜੀ ਚੀਜ਼ ਦਾ ਉਹਦੇ ਕਰਕੇ ਚੀਜ਼ ਦਾ ਘੱਟ ਨਹੀਂ ਉਹਦੇ ਗਾੜੀ ਕੋਈ ਅੜ ਨਹੀਂ ਸਕਦਾ ਹੈ ਨਾ ਇੱਥੇ ਕਈ ਕੁਛ ਦੁਨੀਆ ਕਰਦੀ ਆ ਕਿ ਇੱਥੇ ਤੁਸੀਂ ਇੱਕ ਚੀਜ਼ ਵੇਖੀ ਹੋਣੀ ਆ ਕਿ ਇੱਕ ਦੂਜੇ ਨੂੰ ਥੱਲੇ ਸੁੱਟਣ ਦੀ ਕੋਸ਼ਿਸ਼ ਕਰਦੇ ਆ ਪਰ ਫਿਰ ਵੀ ਥੱਲੇ ਸੁੱਟਿਆ ਨਹੀਂ ਜਾਂਦਾ ਕਿਉਂਕਿ ਕੀ ਤਾਂ ਕਿਸੇ 'ਤੇ ਕਿੰਨੀ ਕੁ ਰੱਬ ਦੀ ਮਿਹਰ ਆ ਆਪਣਾ ਸੋ ਜ਼ਿਆਦਾ ਨੁਕਸਾਨ ਕਰਾ ਕੇ ਬਹਿ ਜਾਂਦੇ ਹੈ ਨਾ ਇਸ ਕਰਕੇ ਇਹ ਚੀਜ਼ ਨਹੀਂ ਸੋਚਣੀ ਕਿ ਸਾਡੀ ਹਾਈਟ ਰੁਕ ਜੂਗੀ ਅਸੀਂ ਮਿਹਨਤ ਨਹੀਂ ਕਰਨੀ ਅਸੀਂ ਜਿੰਮ ਨਹੀਂ ਲਾਉਣਾ ਮਿਹਨਤ ਦਾ ਫਲ ਕਿਸੇ ਰੂਪ 'ਚ ਵੀ ਮਿਲ ਸਕਦਾ ਤਗੜੇ ਹੋ ਰਿਹਾ ਕਰੋ ਠੀਕ ਹੈ ਮੇਰੀ ਜਾਨ ਬਾਕੀ ਮਿਲਦੇ ਹਾਂ ਸਵੇਰੇ ਨਵੇਂ ਵਲੋਗ ਦੇ ਨਾਲ ਜਿਹਦੇ 'ਚ ਵਸਦੇ ਰਹੋ ਨਜ਼ਾਰੇ ਲਓ
ਅਤੇ ਜਿਹਨਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਕਰ ਲਓ ਮੇਰੀ ਜਾਨ, ਵਲੋਗ ਤੁਹਾਡੇ ਵਾਸਤੇ ਬਣਾਈ ਤਾਂ ਤੁਸੀਂ ਵੇਖਦੇ ਜੇ, ਅਤੇ ਸਬਸਕ੍ਰਾਈਬ ਨਹੀਂ ਕਰਦੇ ਜਾਂਦੇ ਜਾਂਦੇ ਇੱਕ ਲਾਈਕ ਛੱਡ ਦਿਆ ਕਰੋ, ਇਹੋ ਚੀਜ਼ਾਂ ਵੇਖ ਖੁਸ਼ੀ ਹੁੰਦੀ ਮਨ ਨੂੰ, ਹੋਰ ਨਹੀਂ ਗੱਲ ਕੋਈ। ਜਿੱਦਾਂ ਆਪਾਂ ਇੰਨੀ ਮਿਹਨਤ ਨਾਲ ਵਲੋਗ ਬਣਦਾ ਜਦੋਂ ਲਾਈਕ ਕਮੈਂਟ ਆਉਂਦੇ ਨਾ ਤਾਂ ਵਧੀਆ ਲੱਗਦਾ, ਹੁਣ ਕੋਈ ਕਮੈਂਟ ਕਰਦੇ ਕਮੈਂਟ ਐਡੇ ਸੋਹਣੇ ਹੁੰਦੇ, ਪੜ੍ਹ ਕੇ ਖੁਸ਼ੀ ਹੁੰਦੀ ਕਿ ਯਾਰ ਸਾਡੇ ਨਾਲ ਐਡੇ ਵਧੀਆ ਵੀਰ ਭਰਾ ਜੁੜੇ ਆ। ਸੋ ਮੇਰੀ ਜਾਨ ਜੇ ਜ਼ਿਆਦਾ ਫਨ ਸ਼ਨ ਵੇਖਣਾ ਫਿਰ ਸਨੈਪਚੈਟ 'ਤੇ ਫੋਲੋ ਕਰ ਲਓ, ਇੰਸਟਾਗ੍ਰਾਮ 'ਤੇ ਕਰ ਲਓ, ਸਨੈਪਚੈਟ 'ਤੇ ਸਭ ਤੋਂ ਜ਼ਿਆਦਾ ਫਨ ਸਨੈਪਚੈਟ 'ਤੇ ਆ। ਆਈ ਡੀ ਮੈਨਸ਼ਨ ਕੀਤੀ, ਮਤਲਬ ਕਿ ਪਾਈ ਆ ਸਕਰੀਨਸ਼ੋਟ ਆਈ ਡੀ ਦਾ, ਉੱਥੋਂ ਸਕੈਨ ਕਰਕੇ ਤੁਸੀਂ ਸਿੱਧੀ ਆਈ ਡੀ ਖੁੱਲ ਜਾਣੀ ਆ, ਉੱਥੇ ਐਡ ਕਰ ਸਕਦੇ ਜੀ। ਅਤੇ ਉੱਥੇ ਘੱਟੋ ਘੱਟ ਵੀ ਇੱਕ ਦਿਨ ਦੀਆਂ 100 ਸਟੋਰੀਆਂ ਹੁੰਦੀਆਂ ਸਨੈਪਚੈਟ 'ਤੇ, 100 ਸਟੋਰੀਆਂ ਘੱਟੋ ਘੱਟ ਵੀ, ਬੜੀ ਘੈਂਟ ਚੀਜ਼ ਹੈ। ਅਤੇ ਬਾਕੀ ਮੇਰੀ ਜਾਨ ਮਿਲਦੇ ਆ ਸਵੇਰੇ, ਬਾਏ ਬਾਏ, ਜਿਹਦੇ ਵਾਸਤੇ ਰਹੋ ਅਤੇ ਨਜ਼ਾਰੇ ਲਓ।